ਆਪਾਂ ਸੜਕ 'ਤੇ ਬੈਠੇ ਨੇ ਇੰਟਰਵਿਊ ਕੀਤੀ ਉਦੋਂ ਮੇਰਾ ਤੁਹਾਨੂੰ ਇਹੀ ਜਵਾਬ ਸੀਗਾ ਵੀ ਸਾਡੇ ਕੋਲ ਹੋਰ ਰਾਹ ਨਹੀਂ ਉਸ ਤੋਂ ਬਾਅਦ ਠੀਕ ਹੈ ਜਾਂ ਤਾਂ ਰਾਜਨੀਤੀ ਆਊਗੀ ਅਤੇ ਜਾਂ ਅਸੀਂ ਸੜਕ 'ਤੇ ਬੈਠੇ ਹਾਂ ਸਾਡੇ ਮਸਲੇ ਹੱਲ ਹੋਣਗੇ ਇਹ ਸਿਸਟਮ ਨੇ ਸਾਨੂੰ ਬਹੁਤਾ ਕੁਝ ਚੰਗਾ ਨਹੀਂ ਦਿੱਤਾ ਜਿਹਦੇ ਕਰਕੇ ਨੌਜਵਾਨੀ ਨੂੰ ਅੱਗੇ ਆਉਣਾ ਪਿਆ ਸੁਖਰਾਜ ਦੇ ਨਾਲ ਹਮਦਰਦੀ ਵੋਟ ਬਣੂਗੀ ਗਿੱਦੜਵਾ ਦੇ ਵਿੱਚ ਚੋਣਾਂ ਹੋ ਰਹੀਆਂ ਜਿਹੜੇ ਸਿੱਖ ਤੀਸਰਾ ਬੰਦਾ ਵੀ ਰਹਿ ਗਿਆ ਬਾਕੀ ਪਾ ਲਓ ਚਲੋ ਉਹਨਾਂ ਦਾ ਜ਼ਿਕਰ ਵੀ ਕਰੀ ਉਹ ਤਾਂ ਗੱਲ ਇਹ ਆ ਕਿ ਉਸ ਪਾਰਟੀ ਤੋਂ ਆ ਜਿਹੜੀ ਨੂੰ ਪੰਜਾਬ ਪਸੰਦ ਨਹੀਂ ਕਰਦਾ ਜਿਹੜੀ ਨੂੰ ਪੰਜਾਬ ਪੰਜਾਬ 'ਚ ਲਿਆਉਣਾ ਪਸੰਦ ਨਹੀਂ ਕਰਦਾ ਪਰ ਉਹ ਤਾਂ ਕਹਿੰਦੇ ਨੇ ਕਿ ਜੇ ਹੁਣ ਪੰਜਾਬ ਦੇ ਵਿੱਚ ਵਿਕਾਸ ਦੀ ਕੋਈ ਨਵੀਂ ਲਿਖਤ ਲਿਖੀ ਜਾਊ ਕੋਈ ਨਵਾਂ ਇਤਿਹਾਸ ਲਿਖੇ ਜਾਊ ਉਹ ਬੀਜੇਪੀ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਤਾਂ ਇਹਨਾਂ ਮਹਾਨ ਪੁਰਸ਼ਾਂ ਦੀਆਂ ਪੁਰਾਣੀਆਂ ਇੰਟਰਵਿਊ ਕੱਢ ਕੇ ਵੇਖੋ ਇਹਨਾਂ ਨੇ ਖਜ਼ਾਨਾ ਭਰਿਆ ਕਿਹਾ ਹੀ ਨਹੀਂ ਕਦੇ ਪੰਜਾਬ ਤਾਂ ਇਹਨਾਂ ਲਈ ਹਮੇਸ਼ਾ ਖਜ਼ਾਨਾ ਖਾਲੀ ਰਿਹਾ ਸੋਚਿਆ ਸੀ ਕਦੇ ਉਹਨਾਂ ਨੇ ਬਈ 25 ਸਾਲ 'ਚ ਰਾਜ ਕਰਨ ਵਾਲੀ ਪਾਰਟੀ ਪੰਜ ਸੀਟਾਂ 'ਤੇ ਚੋਣ ਵੀ ਨਹੀਂ ਲੜੇਗੀ ਚਾਰਾਂ ਸੀਟਾਂ 'ਤੇ ਚੋਣ ਇਹ ਤਰਾਸਦੀ ਹੈ ਅਕਾਲੀ ਇੱਕ ਸੋਚ ਤਿਆਰ ਹੋਈ ਸੀ ਸਿੱਖਾਂ ਦੀ ਉਸ ਸੋਚ ਦੇ ਪੈਰੇਦਾਰ ਇਹੋ ਜਿਹੇ ਹੋ ਗਏ ਵੀ ਅੱਜ ਅਕਾਲ ਤਖਤ ਸਾਹਿਬ ਤੋਂ ਤਨਖਾਹੀਏ ਕਰਾਰ ਦਿੱਤੇ ਜਾ ਰਹੇ ਹਨ ਰਾਜ ਕੀ ਉਸ ਕੇਡਰ ਨੂੰ ਜਿਹੜਾ ਪੰਥਕ ਕੇਡਰ ਆਪਣੇ ਆਪ ਨੂੰ ਕਹਾਉਂਦਾ ਹੈ ਉਸ 'ਤੇ ਨਜ਼ਰ ਰੱਖ ਕੇ ਬੈਠਾ ਹੈ ਵੀ ਇਹ ਵੋਟਾਂ ਪੈਣਗੀਆਂ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਜਾਂਦੀ ਜਦੋਂ ਤੁਹਾਡੇ ਵਰਗੇ ਉਮੀਦਵਾਰ ਖੜ੍ਹੇ ਹੋ ਜਾਂਦੇ ਨੇ ਵੋਟਾਂ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਇੱਕ ਵਿਰੋਧੀ ਤਾਕਤ ਜਾਂ ਇੱਕ ਵੱਡੀ ਤਾਕਤ ਇੱਕ ਕੋਈ ਮਹਾਂਸ਼ਕਤੀ ਹੈ ਜਿਹੜੀ ਇਹਨਾਂ ਦੇ ਪਿੱਛੇ ਕੰਮ ਕਰਦੀ ਕਿਹੜੀ ਬਈ ਕਿਹੜੇ ਤੰਤਰ ਨਾਲ ਰਲ ਦੀ ਗੱਲ ਕਰਦੇ ਹੋ ਅਸੀਂ ਪੰਜਾਬ ਦੇ ਹੋ ਕੇ ਚੱਲਣ ਵਾਲੇ ਲੋਕ ਹਾਂ ਤੁਹਾਡੇ 'ਤੇ 50-50 ਸਾਲ ਰਾਜ ਕਰਨ ਵਾਲੇ 5-5 ਸਾਲ ਸਰਕਾਰਾਂ ਭੋਗ ਕੇ 365 ਦਿਨ ਸਾਲ ਦੇ ਹੁੰਦੇ ਆ ਅਤੇ 300 ਦੇ ਵਿੱਚੋਂ 365 ਦਿਨਾਂ ਦੇ ਵਿੱਚੋਂ 350 ਦਿਨ ਜਿਹੜਾ ਚੰਡੀਗੜ੍ਹ ਬਿਤਾਉਣ ਵਾਲੇ ਲਾਸਟ ਵਾਲੇ 15 ਦਿਨ ਚੋਣਾਂ ਦੇ ਤੁਹਾਡੇ 'ਚ ਆਉਂਦੇ ਆ ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਜਾਂਦੇ ਹੋ 13 ਸਾਲ MLA ਰਿਹਾ ਰਾਜਾ ਆਪਣੇ ਠੀਕ ਹੈ ਅੱਜ ਵੀ ਮੌਜੂਦਾ ਹੀ ਸੀ ਹੋਣੀ ਠੀਕ ਹੈ 3-4 ਮਹੀਨੇ ਪਹਿਲਾਂ ਜੀ ਤੱਕ ਦੋਦਾ ਕੌਣੀ ਵਾਲੀ ਸੜਕ ਹੁਣ ਚੱਲ ਵੜਦੇ ਹਾਂ ਆਪਾਂ ਗੱਡੀ 'ਚ ਬਹਿ ਕੇ ਇੰਟਰਵਿਊ ਕਰ ਲੈਂਦੇ ਹਾਂ ਜੇ ਤੁਹਾਡਾ ਕੈਮਰਾਮੈਨ ਕੈਮਰਾ ਸਟੇਬਲ ਰੱਖ ਗਿਆ ਤਾਂ ਮੈਂ ਸੀਟ ਛੱਡ ਜਾਂਦਾ ਜਦੋਂ ਇਹ ਸਰਕਾਰਾਂ 'ਚ ਨਹੀਂ ਹੁੰਦੇ ਉਦੋਂ ਤਾਂ ਅਮਿਤ ਹੇਰ ਵਰਗਿਆਂ ਦੇ ਬਿਆਨ ਹੁੰਦੇ ਆ ਕਿ ਇੱਥੇ ਬਾਹਰੀ ਲੋਕਾਂ ਦੀ ਭਰਤੀ ਆ ਅਤੇ ਰੋਕ ਲੱਗਣੀ ਚਾਹੀਦੀ ਆ ਪੰਜਾਬ ਦੇ ਨੌਜਵਾਨ ਨੂੰ ਪਹਿਲ ਦੇਣੀ ਚਾਹੀਦੀ ਆ ਉਦੋਂ ਤਾਂ ਇਹ ਬਿਆਨ ਹੁੰਦੇ ਆ ਜਦੋਂ ਸਰਕਾਰ 'ਚ ਆ ਜਾਂਦੇ ਆ ਉਦੋਂ ਕਹਿਣਗੇ ਜੀ ਤੁਹਾਨੂੰ ਇਹ ਤਾਂ ਲਾਅ ਨਹੀਂ ਪਤਾ ਤੁਹਾਨੂੰ ਇਹਨਾਂ ਦੇ ਕਾਨੂੰਨ ਨਹੀਂ ਪਤਾ ਜਾਂ ਤਾਂ ਪਹਿਲਾਂ ਅਨਪੜ੍ਹ ਸੀ ਜਾਂ ਉਹ ਹੁਣ ਅਨਪੜ੍ਹ ਜੇਕਰ 23 ਤਰੀਕ ਨੂੰ ਫਤਵਾ ਸੁਖਰਾਜ ਸਿੰਘ ਨਿਆਮੀ ਵਾਲਿਆਂ ਦੇ ਹੱਕ ਦੇ ਵਿੱਚ ਆ ਗਿਆ ਗਦਰਬਾ ਤੋਂ ਤਾਂ ਕੀ ਮੰਨੀਏ ਬੇਅਦਬੀ ਦਾ ਇਨਸਾਫ ਲੋਕਾਂ ਨੂੰ ਮਿਲ ਗਿਆ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਅਤੇ ਮੈਂ ਹਾਂ ਸੁਰਖਾਵ ਦੋਸਤੋ ਬੇਸ਼ੱਕ ਜ਼ਿਮਨੀ ਚੋਣਾਂ ਦੇ ਵਿੱਚ ਉਮੀਦਵਾਰਾਂ ਨੂੰ ਇੱਕ ਹਫ਼ਤਾ ਵੱਧ ਮਿਲ ਗਿਆ ਸਭ ਦੀਆਂ ਨਜ਼ਰਾਂ ਜੇਕਰ ਜ਼ਿਮਨੀ ਚੋਣਾਂ ਦੇ ਨਤੀਜੇ ਦੀ ਗੱਲ ਕਰੀਏ ਤਾਂ ਗਿੱਦੜਵਾ 'ਤੇ ਨੇ ਕਿਉਂਕਿ ਗਿੱਦੜਵਾ ਦੇ ਨਤੀਜੇ 24 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਿਲਕੁਲ 22 ਦੇ ਨਤੀਜਿਆਂ ਤੋਂ ਉਲਟ ਸੀ ਇੱਥੇ ਹਾਲਾਂਕਿ ਗਿੱਦੜਵਾ ਜਿਸ ਲੋਕ ਸਭਾ ਸੀਟ ਦੇ ਅੰਡਰ ਆਉਂਦਾ ਉੱਥੇ ਆਜ਼ਾਦ ਉਮੀਦਵਾਰ ਦੀ ਚੜ੍ਹਤ ਨਜ਼ਰ ਆਈ ਤਾਂ ਉਹੀ ਚੜ੍ਹਤ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਰਾਜ ਸਿੰਘ ਨਿਆਮੀਆਂ ਵਾਲਾ ਆਜ਼ਾਦ ਉਮੀਦਵਾਰ ਵਜੋਂ ਗਿੱਦੜਵਾ ਦੀ ਜ਼ਿਮਨੀ ਚੋਣ 'ਚ ਉਤਰੇ ਨੇ ਅਤੇ ਮੇਰੇ ਨਾਲ ਸੁਖਰਾਜ ਸਿੰਘ ਨੇ ਸਵਾਗਤ ਹੈ ਸੁਖਰਾਜ ਜੀ ਸਪੋਕਸਮੈਨ ਟੀਵੀ 'ਤੇ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਰਾਜ ਜੋ 24 'ਚ ਨਤੀਜਾ ਸਾਨੂੰ ਦੇਖਣ ਨੂੰ ਮਿਲਿਆ ਅਸੀਂ ਮੰਨ ਲਈਏ ਵੀ ਸੁਖਰਾਜ ਨੇ ਉਸੇ ਤੋਂ ਸੇਧ ਲੈ ਲਈ ਜਾਂ ਉਸੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਆਪ ਨੂੰ ਚੋਣ ਮੈਦਾਨ 'ਚ ਉਤਾਰਿਆ ਨਹੀਂ ਬਾਈ ਨਹੀਂ ਨਹੀਂ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਆਪਾਂ ਕਾਫੀ ਸਮੇਂ ਤੋਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਮਤਲਬ ਤੁਸੀਂ ਮੇਰੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਬਹੁਤ ਆ ਇਸ ਪਲੇਟਫਾਰਮ 'ਤੇ ਤਾਂ ਮੈਂ ਇੱਥੇ ਇਹੀ ਗੱਲ ਕਹੂੰਗਾ ਬਈ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਬਈ ਇਹਨਾਂ ਇਹ ਸਾਡੇ ਲਈ ਰਾਹ ਕੀ ਛੱਡਦੇ ਆ ਠੀਕ ਹੈ ਆਪਾਂ ਸੜਕ 'ਤੇ ਬੈਠੇ ਨੇ ਇੰਟਰਵਿਊ ਕੀਤੀ ਉਦੋਂ ਮੇਰਾ ਤੁਹਾਨੂੰ ਇਹੀ ਜਵਾਬ ਸੀਗਾ ਵੀ ਸਾਡੇ ਕੋਲ ਹੋਰ ਰਾਹ ਨਹੀਂ ਉਸ ਤੋਂ ਬਾਅਦ ਠੀਕ ਹੈ ਜਾਂ ਤਾਂ ਰਾਜਨੀਤੀ ਆਊਗੀ ਅਤੇ ਜਾਂ ਅਸੀਂ ਸੜਕ 'ਤੇ ਬੈਠੇ ਹਾਂ ਸਾਡੇ ਮਸਲੇ ਹੱਲ ਹੋਣ ਸੜਕ 'ਤੇ ਬੈਠਿਆਂ ਨੂੰ ਇਹਨਾਂ ਨੇ ਪ੍ਰਚਾਰਤਾ ਕਿ ਇਹ ਲੋਕਾਂ ਨੂੰ ਖੱਜਲ ਖੁਆਰ ਕਰਦੇ ਆ ਠੀਕ ਹੈ ਗੱਲ ਲੋਕਾਂ 'ਤੇ ਲਿਆ ਦਿੰਦੇ ਆ ਨਾ ਠੀਕ ਹੈ ਅਤੇ ਅਸੀਂ ਵੀ ਤਾਂ ਉਸੇ ਹੀ ਪਾਲੇ ਦੇ ਵਿੱਚ ਗੇਂਦ ਸਿੱਟੀ ਆ ਵੀ ਅਸੀਂ ਵੀ ਗੱਲ ਲੋਕਾਂ 'ਤੇ ਲਿਆਂਦੀ ਹੈ ਜੇ ਲੋਕਾਂ ਨੇ ਪਿਛਲੇ 10 ਸਾਲ ਸਾਥ ਦਿੱਤਾ ਇਹਨਾਂ ਸਰਕਾਰਾਂ ਦੇ ਨਾਲ ਲੜੇ ਹਾਂ ਖਿਲਾਫ਼ ਹੋਏ ਹਾਂ ਅਤੇ ਅੱਜ ਇਹਨਾਂ ਦੇ ਬਰਾਬਰ ਦੀ ਟੱਕਰ ਦੇ ਵਿੱਚ ਆਏ ਹਾਂ ਤਾਂ ਲੋਕਾਂ ਦੇ ਸਾਥ ਕਰਕੇ ਆਵਾਂਗੇ ਠੀਕ ਹੈ ਉਹ ਜਿਹੜੇ ਨਤੀਜੇ ਆਏ ਆ ਉਹ ਇੱਕ ਇਸ ਦੌਰ ਦੀ ਤਰਾਸਦੀ ਆ ਉਹ ਕਿਉਂਕਿ ਅਸੀਂ ਇਸ ਸਿਸਟਮ ਤੋਂ ਅੱਕ ਚੁੱਕੇ ਹਾਂ ਇਹ ਸਿਸਟਮ ਨੇ ਸਾਨੂੰ ਬਹੁਤਾ ਕੁਝ ਚੰਗਾ ਨਹੀਂ ਦਿੱਤਾ ਜਿਹਦੇ ਕਰਕੇ ਨੌਜਵਾਨੀ ਨੂੰ ਅੱਗੇ ਆਉਣਾ ਪਿਆ 2 ਕੈਂਡੀਡੇਟ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਤੋਂ ਜਿੱਤੇ ਆ ਤਾਂ ਉਹਦਾ ਇਹੀ ਕਾਰਨ ਆ ਕਿ ਉਹ ਕੈਂਡੀਡੇਟ ਸਰਕਾਰ ਦੇ ਵਿਰੋਧ ਕਰਕੇ ਜਿੱਤੇ ਆ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਧੱਕਾ ਉਹਦੇ ਕਰਕੇ ਜਿੱਤੇ ਆ ਤੁਸੀਂ ਕਹਿੰਦੇ ਸਰਕਾਰ ਦੇ ਵਿਰੋਧ ਕਰਕੇ ਜਿੱਤੇ ਆ ਪਰ ਇੱਕ ਕੈਂਡੀਡੇਟ ਹਾਰਿਆ ਵੀ ਆ ਸੰਗਰੂਰ ਤੋਂ ਮੌਜੂਦਾ MPC ਉਸ ਵਕਤ ਜਦੋਂ ਚੋਣ ਲੜ ਰਹੇ ਸੀ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦਾ ਇਹਨਾਂ ਹਾਲਾਤਾਂ 'ਚ ਹੀ ਹਾਰੇ ਨੇ ਜਿੱਥੇ ਦੋ
ਪੰਥਕ ਚਿਹਰੇ ਨਵੇਂ ਉੱਭਰ ਕੇ ਆਉਂਦੇ ਨੇ ਜਿੱਥੇ ਜਿੱਥੇ ਸਿਸਟਮ ਦੇਖੋ ਉਹ ਦੋ ਚੀਜ਼ਾਂ ਉੱਥੇ ਉਹਨਾਂ ਦੇ ਖਿਲਾਫ ਕੈਂਡੀਡੇਟ ਕਿਹੜਾ ਸੀ ਤੁਸੀਂ ਵੀ ਜਾਣਦੇ ਹੋ ਠੀਕ ਹੈ ਉਸ ਸਰਕਾਰਾਂ ਵੱਲੋਂ ਤੰਤਰ ਵੱਲੋਂ ਹਾਲਾਂਕਿ ਉਹਨਾਂ ਦੇ ਬਾਅਦ ਚ ਇੰਟਰਵਿਊ ਵੀ ਆ ਗਿਆ ਕਿ ਸਭ ਤੋਂ ਵੱਡੀ ਉਹਨਾਂ ਦੀ ਗਲਤੀ ਰਹੀ ਆ ਕਿਉਂਕਿ ਜਿਹੜੀ ਏਰੀਏ ਦੀ ਸਿੱਖ ਵੋਟ ਹੁੰਦੀ ਆ ਮੈਂ ਗੱਲ ਕਰਾਂ ਕਿ ਅੱਜ ਗਿੱਦੜਵਾਏ ਹਲਕੇ ਦੀ ਆਪਾਂ ਗੱਲ ਕਰਦੇ ਹਾਂ ਜਿਹੜੀ ਇਸ ਸੈਂਟੀਮੈਂਟਲ ਨੂੰ ਸਮਝਦੀ ਆ ਉਹ ਜੇ 80,000 ਆ ਵੋਟ ਉਹਦੇ ਚ ਤੁਸੀਂ ਇਹ ਸਮਝੋ ਕੈਂਡੀਡੇਟ ਦੇ ਹੱਕ ਚ ਜਿਹੜੀ ਜਾਣੀ ਆ ਉਹ 50-40 ਜਾਣੀ ਆ ਜਿਹੜੀ ਉਹ 30 ਆ ਉਹ ਵੀ ਤਾਂ ਵੰਡੀ ਜਾਣੀ ਆ ਜਿਹੜੀ ਉਹ ਵੀ 3-4 ਥਾਈ ਵੰਡੀ ਜਾਣੀ ਆ ਸੋ ਉਹੀ ਉਹੀ ਸੰਭਾਵਨਾਵਾਂ ਸੰਗਰੂਰ ਦੇ ਵਿੱਚ ਤੰਤਰ ਵੱਲੋਂ ਪੈਦਾ ਕੀਤੀਆਂ ਗਈਆਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਣਾ ਨੂੰ ਕਾਂਗਰਸ ਤੋਂ ਉਮੀਦਵਾਰ ਬਣਾਇਆ ਠੀਕ ਹੈ ਹੋਰ ਕਿਤੇ ਉਹਨਾਂ ਦਾ ਫੌ ਨਹੀਂ ਪਿਆ ਉਹ ਕੈਂਡੀਡੇਟ ਉਸ ਤਰੀਕੇ ਦੇ ਨਹੀਂ ਸੀ ਹਾਲਾਂਕਿ ਜੇ ਆਪਾਂ ਇਹੀ ਗੱਲ ਕਰੀਏ ਵੀ ਜੇ ਲੋਕਾਂ ਨੂੰ ਇਹੀ ਹੁੰਦਾ ਇੱਕ ਵੋਟ ਦਾ ਹੀ ਹੁੰਦਾ ਤੇ ਫਰੀਦਕੋਟ ਹਲਕੇ ਦੇ ਵਿੱਚ ਜਿਹੜਾ ਇੱਕ ਕੈਂਡੀਡੇਟ ਸੀ ਕਰਮਜੀਤ ਅਨਮੋਲ ਠੀਕ ਹੈ ਤਾਂ ਪੰਜਾਬ ਦਾ ਸਟਾਰ ਕਲਾਕਾਰ ਆ ਤਾਂ ਜਿਹਦੇ ਅਨਾਊਂਸ ਹੋਇਆ ਸੀ ਉਹਦੇ ਉਹਦੀ ਲੋਕ ਲੀਡ ਕਹਿੰਦੇ ਸੀ 2 ਲੱਖ ਨਹੀਂ ਬਿਲਕੁਲ ਸਭ ਤੋਂ ਸੇਫ ਸੀਟ ਆਮ ਆਦਮੀ ਪਾਰਟੀ ਦੀ ਲੱਗਦੀ ਸੀ ਅਖੀਰਲੇ 4-5 ਦਿਨਾਂ ਦੇ ਵਿੱਚ ਪਾਸਾ ਪਲਟਿਆ ਗਿਆ ਇਹ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਉਹੀ ਗੱਲ ਕਰਦੇ ਇਹੀ ਗੱਲ ਤਾਂ ਹੋਈ ਆ ਕਿਉਂਕਿ ਜਦੋਂ ਤੁਸੀਂ ਸਾਡੇ ਖਿੱਤੇ ਤੇ ਗੱਲ ਲਿਆਓਗੇ ਫਿਰ ਸਰਕਾਰ ਨਹੀਂ ਵੱਡੀ ਹੁੰਦੀ ਫਿਰ ਲੋਕ ਵੱਡੇ ਹੋ ਜਾਂਦੇ ਆ ਠੀਕ ਹੈ ਜਦੋਂ ਇੱਕ ਰਾਜਨੀਤੀ ਵਾਲੀ ਗੱਲ ਰਹਿੰਦੀ ਸੀ ਜੇ ਕਰਮਜੀਤ ਅਨਮੋਲ ਦੇ ਖਿਲਾਫ ਬਾਈ ਸਰਬਜੀਤ ਸਿੰਘ ਖਾਲਸਾ ਨਾ ਆਉਂਦੇ ਨਾ ਹੁੰਦੇ ਠੀਕ ਹੈ ਤਾਂ ਉਹੀ ਲੀਡ ਤੇ ਜਿੱਤਦਾ ਉਹੀ ਸਾਡੇ ਲੋਕਾਂ ਨੇ ਜਿਤਾਉਣਾ ਸੀ ਪਰ ਜਿੱਥੇ ਸਾਡੇ ਖਿੱਤੇ ਨੂੰ ਰੀਪ੍ਰੈਜ਼ੈਂਟ ਕਰਨ ਦੀ ਗੱਲ ਆ ਗਈ ਜਿੱਥੇ ਗੱਲ ਉਸ ਕਾਲੇ ਦੌਰ ਨੂੰ ਸਮਾਪਤ ਕਰਨ ਦੀ ਆਈ ਸੀ ਉਸ ਸਮੇਂ ਦੀ ਸਰਕਾਰ ਨੂੰ ਢਹਿ ਢੇਰੀ ਕਰਨ ਵਾਲੇ ਯੋਧਿਆਂ ਦੀ ਆਈ ਸੀ ਉਹਨਾਂ ਦੇ ਵਾਰਸਾਂ ਦੀ ਆਈ ਸੀ ਤਾਂ ਉਹ ਫਿਰ ਵੱਧ ਚੜ ਕੇ ਆਈ ਹਮਦਰਦੀ ਵੋਟ ਉਹਨੂੰ ਕਿਹਾ ਗਿਆ ਕਿ ਇੱਕੋਦਮ ਜਿਹੜਾ ਪਾਸਾ ਪਲਟਿਆ ਉਹ ਹਮਦਰਦੀ ਵੋਟ ਬਣੀ ਮੈਂ ਸੱਚੀ ਵੋਟ ਸੁਖਰਾਜ ਦੇ ਨਾਲ ਹਮਦਰਦੀ ਵੋਟ ਬਣੂਗੀ ਗਿੱਦੜਵਾ ਦੇ ਵਿੱਚ ਦੇਖੋ ਜੀ ਗੱਲ ਜੇ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਜੇ ਤੁਸੀਂ ਇਸੇ ਨਾਂ ਨੂੰ ਮੰਨੋਗੇ ਹਮਦਰਦੀ ਨੂੰ ਫਿਰ ਮੈਂ ਕਹੂੰਗਾ ਵੀ ਜੇ ਸਿੱਖ ਵਾਕਈ ਸਿੱਖ ਆ ਗੁਰੂ ਸਾਹਿਬ ਦੀ ਬੇਅਦਬੀ ਦਾ ਉਹਨਾਂ ਨੂੰ ਇਨਸਾਫ਼ ਮਿਲ ਗਿਆ ਤਾਂ ਉਹ ਸੁਖਰਾਜ ਨਾਲ ਨਹੀਂ ਹੋਣਗੇ ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਮੈਨੂੰ ਲੱਗਦਾ ਸੁਖਰਾਜ ਨਾਲ ਹੋਣਗੇ ਕੰਪੀਟੀਸ਼ਨ ਕਿਹਦੇ ਨਾਲ ਮੈਦਾਨ 'ਚ ਤਾਂ ਖਿਲਾੜੀ ਜੇਕਰ ਗੱਲ ਕਰ ਲਈਏ ਤਾਂ ਪੁਰਾਣੇ ਨੇ ਦਿੱਲੀ ਨਾਲ ਦਿੱਲੀ ਨਾਲ ਮੰਨਦੇ ਹੋ ਕੰਪੀਟੀਸ਼ਨ ਦਿੱਲੀ ਨਾਲ ਪੰਜਾਬ ਦਾ ਕੰਪੀਟੀਸ਼ਨ ਦਿੱਲੀ ਨਾਲ ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਤੋਂ ਹਾਂ ਅਤੇ ਸਿੱਖ ਹਾਂ ਸਾਡਾ ਕੰਪੀਟੀਸ਼ਨ ਦਿੱਲੀ ਨਾਲ ਆ ਜੇ ਨਹੀਂ ਦਿੱਲੀ ਨਾਲ ਤਾਂ ਤੁਸੀਂ ਮੈਨੂੰ ਕੋਈ ਇੱਕ ਉਦਾਹਰਨ ਦੇ ਦਿਓ ਵੀ ਇਹ ਦਿੱਲੀ ਤੋਂ ਨਹੀਂ ਆ ਤਾਂ ਮੈਂ ਉਹਨੂੰ ਸੱਚ ਦੱਸ ਦਿੰਦਾ ਵੀ ਦਿੱਲੀ ਤੋਂ ਕਿਵੇਂ ਨਹੀਂ ਹੈ ਮੇਰਾ ਨਜ਼ਰੀਆ ਕੀ ਹੈ ਠੀਕ ਹੈ ਤੁਸੀਂ ਕਹਿੰਦੇ ਹੋ ਹੈੱਡਕੁਆਰਟਰ ਸਾਰਿਆਂ ਦੇ ਦਿੱਲੀ ਹੈ ਤੁਸੀਂ ਇਹ ਕਹਿ ਰਹੇ ਹੋ ਪਰ ਮੌਜੂਦਾ ਖੇਤਰ ਦੀ ਗੱਲ ਕਰੀਏ ਤਾਂ ਸੁਖਰਾਜ ਇੱਥੇ ਤਾਂ ਲੜਾਈ ਪਹਿਲਾਂ ਇੱਥੇ ਪੜਾਅ ਪਾਰ ਕਰਨਾ ਪੈਣਾ ਫਿਰ ਅੱਗੇ ਜਾ ਕੇ ਸੈਂਟਰ ਦੇ ਵਿੱਚ ਬਿੰਪੀ ਢਿੱਲੋਂ ਦੀ ਕੱਲ੍ਹ ਪਰਸੋਂ ਦਾ ਇੱਕ ਬਿਆਨ ਸੀ ਕਿਸੇ ਚੈਨਲ ਤੇ ਗੱਲ ਕਰ ਰਹੇ ਸੀ ਉਹਦੇ ਵਿੱਚ ਉਹਨਾਂ ਨੇ ਬੇਅਦਬੀਆਂ ਦੇ ਉੱਤੇ ਇਸ਼ੂ ਦੇ ਉੱਤੇ ਗੱਲ ਠੀਕ ਹੈ ਉਹਨਾਂ ਦਾ ਜਵਾਬ ਸੀ ਵੀ ਜੇ ਤੁਸੀਂ ਮੇਰੇ ਨਾਲੋਂ ਬਿਹਤਰ ਆ ਕੇ ਕਿਸੇ ਲੀਡਰਸ਼ਿਪ ਵੱਡੀ ਨਾਲ ਗੱਲ ਕਰੋ ਉਹਨਾਂ ਦਾ ਜਵਾਬ ਹੈ ਤਾਂ ਮੈਨੂੰ ਇਹ ਦੱਸੋ ਵੀ ਉਹਨਾਂ ਦੇ ਪੱਲੇ ਕੀ ਹੈ ਜਿਹੜਾ ਬੰਦਾ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਉਹ ਤੁਹਾਡਾ ਕੀ ਸਵਾਰੂਗਾ ਉਹ ਤੁਹਾਨੂੰ ਕਿਵੇਂ ਤੁਹਾਨੂੰ ਮਤਲਬ ਇਨਸਾਫ਼ ਦਵਾ ਸਕਦਾ ਜਾਂ ਕਿਵੇਂ ਤੁਹਾਡੇ ਤੇ ਉਹ ਗੱਲਾਂ ਕਰ ਸਕਦਾ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਚਾਹੀਦੀਆਂ ਉਹ ਨਹੀਂ ਕਰ ਸਕਦਾ ਦੂਸਰਾ ਕੈਂਡੀਡੇਟ ਕਾਂਗਰਸ ਦਾ ਉਮੀਦਵਾਰ ਠੀਕ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੇ ਧਰਮ ਪਤਨੀ ਨੇ ਬੀਬਾ ਅਮਰਤਾ ਵੜਿੰਗ ਜੀ ਉਹ ਕਿੱਥੋਂ ਨੇ ਉਹ ਬੇਸਿਕਲੀ ਹੋਣਗੇ ਇੱਥੋਂ ਮੁਕਤਸਰ ਤੋਂ ਠੀਕ ਰਹਿੰਦੇ ਹੋਣਗੇ ਠੀਕ ਹੈ ਪਰ ਇੱਕ ਗੱਲ ਹੁੰਦੀ ਆ ਕਿ ਉਹ ਲੀਡ ਉਹਨਾਂ ਨੂੰ ਦਿੱਲੀ ਵਾਲੇ ਕਿਵੇਂ ਕਰਦੇ ਆ 31 ਅਕਤੂਬਰ ਸਿੱਖਾਂ ਦੇ ਲਈ ਇੱਕ ਖਾਸ ਦਿਨ ਸੀ ਇਹਨਾਂ ਪਾਰਟੀਆਂ ਦੇ ਲਈ ਮਾਤਮ ਦਾ ਦਿਨ ਸੀ ਠੀਕ ਹੈ ਉਹ ਸਮੇਂ 1984 ਦਾ ਜਿਹੜਾ ਬਲੂ ਸਟਾਰ ਹੋਇਆ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਉਸ ਦੇ ਉੱਤੇ ਉਹਦਾ ਜਿਹੜਾ ਬਦਲਾ ਲੈਣ ਵਾਲੀ ਕੌਮ ਦਾ ਪੱਗ ਉੱਚੀ ਚੱਕਣ ਵਾਲੇ ਯੋਧਿਆਂ ਨੇ ਉਸ ਸਮੇਂ ਦੀ ਹਕੂਮਤ ਨੂੰ ਢਹਿ ਢੇਰੀ ਕੀਤਾ ਸੀ ਤੇ ਇਹ ਲੋਕ ਆ ਜਿਹੜੇ 31 ਅਕਤੂਬਰ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਤੇ ਉਹਦੇ ਦਿਨ ਨੂੰ ਫੋਟੋ ਰੱਖ ਕੇ ਫੁੱਲ ਪਾ ਕੇ ਮਨਾਉਂਦੇ ਆ ਠੀਕ ਹੈ ਕੀ ਐਤਕੀ ਮਨਾਇਆ ਗਿਆ ਕਿਉਂ ਕਿਉਂਕਿ ਪੰਜਾਬੀਆਂ ਦੇ ਏਰੀਏ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਉਹ ਚੋਣਾਂ ਵੀ ਉਹ ਹੋ ਰਹੀਆਂ ਜਿਹੜੀਆਂ ਸਿੱਖ ਵੋਟ ਦੇ ਨਾਲ ਹੀ ਜਿੱਤ ਸਕਦੇ ਆ ਠੀਕ ਉਹ ਚੋਣਾਂ ਹੋ ਰਹੀਆਂ ਚਲੋ ਚੋਣਾਂ ਹੋ ਰਹੀਆਂ ਜਿਹੜੇ ਸਿੱਖ ਤੀਸਰਾ ਬੰਦਾ ਵੀ ਰਹਿ ਗਿਆ ਮਾਤਰਪਾਲ ਚਲੋ ਉਹਨਾਂ ਦਾ ਜ਼ਿਕਰ ਵੀ ਕਰੀ ਲਓ ਉਹ ਤਾਂ ਗੱਲ ਇਹ ਆ ਕਿ ਉਸ ਪਾਰਟੀ ਤੋਂ ਆ ਜਿਹੜੀ ਨੂੰ ਪੰਜਾਬ ਪਸੰਦ ਨਹੀਂ ਕਰਦਾ ਜਿਹੜੀ ਨੂੰ ਪੰਜਾਬ ਚ ਲਿਆਉਣਾ ਪਸੰਦ ਨਹੀਂ ਕਰਦਾ ਪਰ ਉਹ ਤਾਂ ਕਹਿੰਦੇ ਨੇ ਕਿ ਜੇ ਹੁਣ ਪੰਜਾਬ ਦੇ ਵਿੱਚ ਵਿਕਾਸ ਦੀ ਕੋਈ ਨਵੀਂ ਲਿਖਤ ਲਿਖੀ ਜਾਊ ਕੋਈ ਨਵਾਂ ਇਤਿਹਾਸ ਲਿਖੇ ਜਾਊ ਉਹ ਬੀਜੇਪੀ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਤਾਂ ਇਹਨਾਂ ਮਹਾਨ ਪੁਰਸ਼ਾਂ ਦੀਆਂ ਪੁਰਾਣੀਆਂ ਇੰਟਰਵਿਊ ਕੱਢ ਕੇ ਵੇਖੋ ਇਹਨਾਂ ਨੇ ਖਜ਼ਾਨਾ ਭਰਿਆ ਕਿਹਾ ਹੀ ਨਹੀਂ ਕਦੇ ਪੰਜਾਬ ਤਾਂ ਇਹਨਾਂ ਲਈ ਹਮੇਸ਼ਾ ਖਜ਼ਾਨਾ ਖਾਲੀ ਰਿਹਾ ਤਾਂ ਜੇ ਘਰ ਦੀ ਗੱਲ ਕਰੋਗੇ ਫਿਰ ਮੈਂ ਮੰਨ ਸਕਦਾ ਵੀ ਘਰ ਭਰਨ ਦੀ ਗੱਲ ਹੋ ਸਕਦੀ ਆ ਕਿਉਂਕਿ ਜਦੋਂ ਈਡੀ ਊਡੀ ਦੀਆਂ ਰੇਡਾਂ ਇਹਨਾਂ ਦੇ ਘਰਾਂ 'ਚ ਪੈਂਦੀਆਂ ਵਿਜੀਲੈਂਸ ਦੀਆਂ ਰੇਡਾਂ ਪੈਂਦੀਆਂ ਤਾਂ ਫਿਰ ਉਹ ਉਸ ਪਾਸੇ ਨੂੰ ਭੱਜਦੇ ਆ ਕਿ ਜਿੱਧਰ ਨੂੰ ਉਹਨਾਂ ਨੂੰ ਸੇਫ ਲੱਗੇ
ਤਾਂ ਉਹ ਆਪਣੀ ਸੇਫ ਸਾਈਡ ਕਰਕੇ ਹੀ ਬੀਜੇਪੀ ਚ ਬੈਠੇ। ਚਲੋ ਜਿਹੜੇ ਪੰਥਕ ਕਹਾਉਂਦੇ ਹੋਏ ਮੈਦਾਨ ਚ ਨਹੀਂ ਉਤਰੇ, ਹਾਲਾਂਕਿ ਤੁਸੀਂ ਜਿਹੜੀ ਗੱਲ ਦਾ ਦਾਅਵਾ ਕਰ ਰਹੇ ਹੋ, ਜੇਕਰ ਉਹ ਦਾਅਵਾ ਲੈ ਕੇ ਵੀ ਨਹੀਂ ਉਤਰੇ ਜਾਂ ਦਾਅਵਾ ਕਰਦੇ ਹੋਏ ਨਜ਼ਰ ਨਹੀਂ ਆ ਰਹੇ, ਤਾਂ ਉਹਨਾਂ ਬਾਰੇ ਕੀ ਕਹਿਣਾ ਹੈ? ਉਹਨਾਂ ਬਾਰੇ ਹੀ ਕਹਿਣਾ ਵੀ ਗੁਰੂ ਦੇ ਸਨਮੁਖ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ, ਜਿਹਦਾ ਵਰਤਾਰਾ ਪ੍ਰਤੱਖ ਤੁਹਾਨੂੰ ਇੱਥੇ ਆਹ ਚੋਣਾਂ ਚ ਮਿਲ ਰਿਹਾ। ਸੋਚਿਆ ਸੀ ਕਦੇ ਉਹਨਾਂ ਨੇ ਬਈ 25 ਸਾਲ ਚ ਰਾਜ ਕਰਨ ਵਾਲੀ ਪਾਰਟੀ 5 ਸੀਟਾਂ ਤੇ ਚੋਣ ਵੀ ਨਹੀਂ ਲੜੂਗੀ, 4 ਸੀਟਾਂ ਤੇ ਚੋਣ ਨਹੀਂ ਲੜੂਗੀ? ਇਹ ਤਰਾਸਦੀ ਆ, ਕਿਉਂ ਆ? ਕਿਉਂਕਿ ਉਸ ਅਕਸ ਨੂੰ ਢਾ ਲੱਗੀ ਆ ਜਿਹੜਾ ਸਾਡੇ ਪੁਰਖਿਆਂ ਨੇ ਆਪਦੇ ਖੂਨ ਨੂੰ ਸਿੰਝ ਕੇ ਬਣਾਇਆ ਸੀ। ਅਕਾਲੀ ਇੱਕ ਸੋਚ ਤਿਆਰ ਹੋਈ ਸੀ ਸਿੱਖਾਂ ਦੀ, ਉਸ ਸੋਚ ਦੇ ਪਹਿਰੇਦਾਰ ਇਹੋ ਜਿਹੇ ਹੋ ਗਏ ਵੀ ਅੱਜ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਕਰਾਰ ਦਿੱਤੇ ਜਾ ਰਹੇ ਆ। ਠੀਕ ਹੈ, ਤਾਂ ਉਹਦੀ ਕਿਤੇ ਨਾ ਕਿਤੇ ਉਸ ਅਰਦਾਸ ਦੀ ਮਹੱਤਤਾ ਤੇ, ਜਿਹੜੀ ਆਪਾਂ ਕਹਿੰਦੇ ਕਰਾਮਾਤ ਨਹੀਂ ਹੈ, ਕਰਾਮਾਤ ਹੈ, ਗੁਰੂ ਸਾਹਿਬ ਦਾ ਕੌਤਕ ਆ। ਠੀਕ ਹੈ, ਵੀ ਤੁਸੀਂ ਅਰਦਾਸ ਕਰਤੀ ਆ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਅਰਦਾਸ ਨਹੀਂ ਫਲ ਹੋਗੀ, ਉਹਦਾ ਫਲ ਮਿਲਿਆ। ਚਲੋ, ਉਹ ਨਹੀਂ ਮੈਦਾਨ ਤੇ ਤਾਂ ਸੁਖਰਾਜ ਕੀ ਉਸ ਕੇਡਰ ਨੂੰ, ਜਿਹੜਾ ਪੰਥਕ ਕੇਡਰ ਆਪਣੇ ਆਪ ਨੂੰ ਕਹਾਉਂਦਾ ਹੈ, ਉਸ ਤੇ ਨਜ਼ਰ ਰੱਖ ਕੇ ਬੈਠਾ ਆ ਵੀ ਇਹ ਵੋਟਾਂ ਪੈਣਗੀਆਂ? ਨਹੀਂ, ਨਜ਼ਰ ਸਾਡੀ ਸਮੁੱਚੇ ਸਿੱਖ ਪੰਥ ਤੇ ਆ, ਸਮੁੱਚੇ ਗੁਰੂ ਨਾਨਕ ਨਾਮ ਲੇਵਲ ਲੋਕਾਂ ਤੇ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਿਰਾਦਰ ਸਮਝ ਕੇ ਜੇ ਆਪਾਂ ਗੱਲ ਕਰਾਂਗੇ ਤਾਂ ਮੈਂ ਸਾਰਿਆਂ ਤੋਂ ਹੀ ਆਸ ਰੱਖਦਾ। ਹਾਂ, ਉਹਨਾਂ ਨੂੰ ਇੱਕ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਪੁਰਖੇ, ਤੁਹਾਡੇ ਦਾਦੇ ਪੜਦਾਦੇ ਜੇ ਅਕਾਲੀ ਦਲ ਸੋਚ ਤੇ ਚੱਲੇ ਸੀ, ਤੁਸੀਂ ਵੀ ਅੱਜ ਉਸ ਅਕਾਲੀ ਸੋਚ ਤੇ ਚੱਲਣ ਦੀ ਗੱਲ ਕਰਦੇ ਹੋ, ਤਾਂ ਆਪਾਂ ਅੱਜ ਸਾਰੀ ਅਕਾਲੀ ਹਾਂ। ਠੀਕ ਹੈ, ਆਪਾਂ ਵੀ ਅਕਾਲੀ ਹਾਂ, ਅਸੀਂ ਸਾਰੇ ਅਕਾਲੀ ਹਾਂ, ਅਤੇ ਸਾਨੂੰ ਬੰਦਿਆਂ ਨੂੰ ਨਕਾਰ ਕੇ ਉਸ ਅਕਾਲੀ ਸੋਚ ਨੂੰ ਜਿਹੜਾ ਪ੍ਰਮਾਣਿਤ ਕਰਨ ਦੀ ਲੋੜ ਆ, ਉਹਦੇ 'ਤੇ ਚੱਲਣ ਦੀ ਲੋੜ ਆ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੇਰਾ ਜ਼ਰੂਰ ਆ ਤੁਸੀਂ ਸਾਥ ਦਿਓ, ਕਿਉਂਕਿ ਜੇ ਕਿਸੇ ਦੇ ਨਾਲ ਲੜਾਈ ਚੱਲ ਰਹੀ ਆ ਤਾਂ ਉਹ ਇੱਕ ਵਿਅਕਤੀ ਦੇ ਨਾਲ ਆ, ਉਸ ਸਮੇਂ ਦੇ ਰੀਪ੍ਰਜੈਂਟੇਟਿਵ ਨਾਲ ਆ। ਠੀਕ ਹੈ, ਤਾਂ ਉਸ ਪਾਰਟੀ ਨਾਲ ਲੜਾਈ ਨਹੀਂ ਆ, ਉਹ ਪਾਰਟੀ ਸਿੱਖਾਂ ਦੀ ਪਾਰਟੀ ਆ, ਸਿੱਖਾਂ ਦੀ ਸੰਸਥਾ ਆ, ਤਾਂ ਉਹ ਜ਼ਰੂਰ ਜਿਹੜਾ ਸਾਡਾ ਸਹਿਯੋਗ ਕਰੇ। ਸੁਖਰਾਜ, ਪਰ ਜਦੋਂ ਅਸੀਂ ਚੋਣਾਂ ਦੇ ਮੈਦਾਨ 'ਚ ਕੁੱਦਣ ਦੀ ਗੱਲ ਕਰਦੇ ਹਾਂ ਤਾਂ ਚੋਣਾਂ ਦੇ ਮੈਦਾਨ ਦੇ ਵਿੱਚ ਸਾਮ ਦਾਮ ਦੰਡ ਭੇਦ ਮਤਲਬ ਹਰ ਤਰ੍ਹਾਂ ਦਾ ਜ਼ੋਰ ਅਜਮਾਇਸ਼ ਹੁੰਦੀ ਹੈ, ਹੁੰਦੀ ਹੈ। ਗਿੱਦੜਵਾ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਨਜ਼ਰ ਆ ਰਹੀ, ਕਿਉਂਕਿ ਗਿੱਦੜਵਾ ਦੇ ਵਿੱਚ ਫਸਵਾਂ ਮੁਕਾਬਲਾ, ਹਾਲਾਂਕਿ ਜੇਕਰ ਅਕਾਲੀ ਦਲ ਵੱਲੋਂ ਕੋਈ ਉਮੀਦਵਾਰ ਜ਼ਰੂਰ ਹੁੰਦਾ ਤਾਂ ਸ਼ਾਇਦ ਮੁਕਾਬਲਾ ਹੋਰ ਜ਼ਿਆਦਾ ਝੋਟੀ ਦਾ ਬਣ ਜਾਂਦਾ, ਇਹ ਚਰਚਾਵਾਂ ਸੀ। ਪਰ ਜਦੋਂ ਸੁਖਰਾਜ ਨੇ ਉਤਰਨ ਦਾ ਫੈਸਲਾ ਕੀਤਾ, ਸੁਖਰਾਜ ਤੋਂ ਪਹਿਲਾਂ ਕੁਝ ਲੀਹਾਂ ਪੈ ਗਈਆਂ ਸੀ ਆਜ਼ਾਦ ਉਮੀਦਵਾਰਾਂ ਦੀਆਂ, ਉਹ ਲੀਹਾਂ ਤੇ ਲੋਕਾਂ ਦਾ ਯਕੀਨ ਬਣਦਾ ਬਣਦਾ ਡਗਮਗਾਉਂਦਾ ਹੋਇਆ ਨਜ਼ਰ ਆ ਰਿਹਾ ਆ। ਸੁਖਰਾਜ, ਚੁਣੌਤੀਆਂ ਨਜ਼ਰ ਆ ਰਹੀਆਂ ਨੇ ਉਸ ਚੀਜ਼ ਦੀਆਂ? ਇੱਥੋਂ ਜੇ ਮੈਂ ਗੱਲ ਕਰਾਂ ਸਰਬਜੀਤ ਸਿੰਘ ਖਾਲਸਾ ਜਿੱਦੇ ਨੇ, ਤਾਂ ਨਾਲ ਦੀ ਨਾਲ ਨਾਰਾਜ਼ਗੀਆਂ ਵੀ ਸਹੇੜਨੀਆਂ ਉਹਨਾਂ ਨੂੰ ਪੈ ਰਹੀਆਂ। ਮੈਂ ਕਹਿਣ ਲੱਗਾ ਜੀ, ਦੇਖੋ ਠੀਕ ਆ, ਸਾਡਾ ਆਪਦੇ ਲੀਡਰ ਪ੍ਰਤੀ ਨਾਰਾਜ਼ ਹੋਣਾ ਬਣਦਾ, ਠੀਕ ਹੈ, ਉਹਦਾ ਇੱਕ ਇਹੀ ਆ, ਸਾਡਾ ਪਿਆਰ ਹੁੰਦਾ ਇਹ, ਜੇ ਨਾਰਾਜ਼ਗੀ ਆ ਤਾਂ ਉਹ ਪਿਆਰ 'ਚੋਂ ਨਿਕਲਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਦੂਜੇ ਖਿੱਤੇ ਨੂੰ ਭੁੱਲ ਹੀ ਜਾਈਏ। ਤੁਹਾਡੇ ਤੇ 50-50 ਸਾਲ ਰਾਜ ਕਰਨ ਵਾਲੇ 5-5 ਸਾਲ ਸਰਕਾਰਾਂ ਭੋਗ ਕੇ 365 ਦਿਨ ਸਾਲ ਦੇ ਹੁੰਦੇ ਆ, ਤੇ 300 ਦੇ ਵਿੱਚੋਂ 365 ਦਿਨਾਂ ਦੇ ਵਿੱਚੋਂ 350 ਦਿਨ ਜਿਹੜਾ ਚੰਡੀਗੜ੍ਹ ਬਿਤਾਉਣ ਵਾਲੇ ਲਾਸਟ ਵਾਲੇ 15 ਦਿਨ ਚੋਣਾਂ ਦੇ ਤੁਹਾਡੇ 'ਚ ਆਉਂਦੇ ਆ, ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਜਾਂਦੇ ਹੋ? ਇਹ ਤਾਂ ਹਜੇ 6 ਮਹੀਨੇ ਹੋਏ ਆ, 5 ਸਾਲ ਵੀ ਨਹੀਂ ਹੋਏ, ਬਾਕੀ ਉਹ ਕਈ ਪਿੰਡਾਂ 'ਚ ਗ੍ਰਾਂਟਾਂ ਵੀ ਵੰਡ ਚੁੱਕਿਆ ਜਿਹੜੀਆਂ ਮੈਨੂੰ ਲੱਗਦਾ ਪਿਛਲੇ ਐਮਪੀਆਂ ਨੇ ਵੰਡੀਆਂ ਹੀ ਨਹੀਂ ਸੀ। ਠੀਕ ਹੈ, ਤਾਂ ਮੈਨੂੰ ਲੱਗਦਾ ਕਿ ਸਾਡੀ ਉਹ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ, ਸਾਡਾ ਉਹ ਵਡੱਪਣ ਹੋਣਾ ਚਾਹੀਦਾ ਕਿ ਅਸੀਂ ਇਸ ਚੀਜ਼ ਦੇ ਲਈ ਸੰਤੁਸ਼ਟ ਹੋਈਏ ਕਿ ਸਰਕਾਰਾਂ ਦੇ ਖਿਲਾਫ਼ ਜਿਹੜਾ ਅਸੀਂ ਬੰਦਾ ਲੈ ਕੇ ਆਏ ਸਾਡਾ ਆਪਦਾ। ਠੀਕ ਹੈ, ਜੇ ਅਸੀਂ ਇਹਨਾਂ ਨੂੰ ਚੰਡੀਗੜ੍ਹ ਬੈਠਿਆਂ ਨੂੰ ਆਪਦੇ ਬਣਾ ਸਕਦੇ ਹਾਂ, ਅੱਜ ਇੱਕ ਬੜਾ ਪ੍ਰਕੋਪ ਚੱਲ ਰਿਹਾ ਇਸ ਗਿੱਦੜਵਾਹੇ ਦੇ ਵਿੱਚ, ਦੇਖਿਆ ਕਿ ਬੰਦਾ ਪਹਿਲਾਂ ਇੱਥੇ ਰਹਿੰਦਾ, ਮਤਲਬ ਇੱਥੇ ਰਹਿੰਦਾ ਹੀ ਨਹੀਂ, MLA ਬਣ ਕੇ ਵੀ ਚੰਡੀਗੜ੍ਹ ਰਹਿੰਦਾ, ਉਸ ਤੋਂ ਬਾਅਦ MP ਬਣ ਜਾਂਦੇ ਆ, MP ਬਣਨ ਤੋਂ ਬਾਅਦ ਅੱਜ ਫਿਰ ਉਹ ਗਿੱਦੜਵਾਹੇ ਨੂੰ ਆਪਣਾ ਦਿਲ ਦੱਸਦੇ ਆ, ਗਿੱਦੜਵਾਹੇ ਦੇ ਲੋਕਾਂ ਦੇ ਵਿੱਚ ਆ ਕੇ ਵੱਡੇ ਵੱਡੇ ਵਾਅਦੇ ਕਰ ਰਹੇ ਆ, ਤੁਸੀਂ ਉਹਨਾਂ ਤੋਂ ਨਾਰਾਜ਼ ਨਹੀਂ ਹੋ ਰਹੇ ਜਿਨ੍ਹਾਂ ਨੂੰ ਤੁਸੀਂ 1000 ਵੋਟ ਦੇ ਫਰਕਣਾ ਜਿਤਾਇਆ ਹੋਵੇ, ਜਿਨ੍ਹਾਂ ਤੇ ਏਡਾ ਵੱਡਾ ਮਾਣ ਬਖਸ਼ਿਆ ਹੋਵੇ ਕਿ ਅੱਜ ਤੁਹਾਨੂੰ ਫਿਰ ਝੂਠੇ ਲਾਰੇ ਲਾਉਣ ਤੇ ਤੁਹਾਡੇ ਉਹਨਾਂ ਤੇ ਸਵਾਲ ਨਹੀਂ ਹੁੰਦੇ। ਇੱਕ ਸਿੱਖ ਜਿਹਨੇ ਜਿਹਦੇ ਪਿਤਾ ਨੇ ਡਿੱਗੀ ਹੋਈ ਕੌਮ ਦੀ ਪੱਗ ਨੂੰ ਸਿਰ ਤੇ ਰੱਖਿਆ, ਉਹਨੂੰ ਤੁਸੀਂ, ਮੈਂ ਨਹੀਂ ਕਹੂੰਗਾ ਕਿ ਉਹਨੂੰ ਤੁਸੀਂ ਲੀਡਰੀ ਲਈ ਅੱਗੇ ਲਿਆਂਦਾ, ਅਸੀਂ ਤਾਂ ਉਹ ਕਰਜ਼ ਰੱਤੀ ਭਰ ਵੀ ਕਰਜ਼ ਨਹੀਂ ਉਤਾਰ ਸਕੇ ਵੀ ਉਹਦੇ ਪਰਿਵਾਰ ਨੂੰ ਰੋਜ਼ੀ ਰੋਟੀ ਪਾਤਾ ਵੀ ਚਲੋ ਠੀਕ ਆ ਅਸੀਂ ਆਹ ਵੀ ਕਰਤਾ। ਠੀਕ ਹੈ, ਤਾਂ ਸਾਡਾ ਉੱਤੇ ਗਿਲਾ ਨਹੀਂ ਹੋਣਾ ਚਾਹੀਦਾ, ਸਾਡਾ ਮਾਣ ਹੋਣਾ ਚਾਹੀਦਾ ਵੀ ਸਾਡੇ ਏਰੀਏ ਦਾ ਉਹ MP ਆ। ਤਾਂ ਆਹ ਦੂਜੀ ਐਜ ਏ ਇਨਸਾਨੀਅਤ ਤੌਰ ਤੇ ਮੈਂ ਬਾਈ ਸਰਬਜੀਤ ਸਿੰਘ ਖਾਲਸਾ ਨੂੰ ਵੀ ਨਸੀਹਤ ਦਿੰਦਾ ਕਿ ਜੇ ਆਪਾਂ ਲੀਡਰੀ 'ਚ ਆਉਣਾ ਹੈ, ਜੇ ਤੁਹਾਡਾ, ਜਾਂ ਤਾਂ ਤੁਸੀਂ ਓਪਨਲੀ ਕਹਿ ਦਿਓ ਵੀ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਬਣਾਤਾ, ਤੁਸੀਂ ਮੇਰੇ ਪਰਿਵਾਰ ਦਾ ਸੋਚਿਆ, ਮੇਰੇ ਬਾਪੂ ਦੀ ਕੁਰਬਾਨੀ ਨੂੰ ਤੁਸੀਂ ਯਾਦ ਰੱਖ ਕੇ ਮੈਨੂੰ ਰੋਜ਼ੀ ਰੋਟੀ ਜੋਗਾ ਕਰਤਾ ਤੇ ਮੈਂ ਰਿਣੀ ਆ, ਵੀ ਮੇਰੇ ਵੱਸ ਦੀ ਗੱਲ ਨਹੀਂ, ਫਿਰ ਤਾਂ ਲੋਕ ਐਕਸੈਪਟ ਕਰਦੇ ਆ। ਠੀਕ ਹੈ, ਪਰ ਜੇ ਤੁਸੀਂ ਬਿਆਨ ਇਧਰੋਂ ਇਧਰ ਦੇ ਤੇ ਇਧਰੋਂ ਇਧਰ ਦੇ ਤੇ ਦਗਮਗ ਦਗਮਗ ਕਰੋਗੇ ਤਾਂ ਲੋਕਾਂ ਦੀ ਨਾਰਾਜ਼ਗੀ ਜਿਹੜੀ ਉਹ ਲਾਜ਼ਮੀ ਹੋ, ਉਹਦਾ ਅਸਰ ਸੁਖਰਾਜ ਤੇ ਪੈ ਰਿਹਾ ਕਿ ਨਹੀਂ ਪੈ ਰਿਹਾ? ਹੈ ਕਿਤੇ ਨਾ ਕਿਤੇ, ਜਿਹੜੇ ਸਾਡੇ ਨਵਾਂ ਯੂਥ ਤੁਰਦਾ ਉਹਨੂੰ ਹੁੰਦਾ ਕਿ ਯਾਰ ਜੇ ਇਹ ਨਹੀਂ ਤੁਰੇ ਤਾਂ ਨਵੇਂ ਕੀ ਪਤਾ ਤੁਰਨਗੇ ਕਿ ਨਹੀਂ, ਉਹ ਕਿਤੇ ਨਾ ਕਿਤੇ ਹੁੰਦਾ, ਪਰ ਉਹਦੇ ਲਈ
असी जो वादा करते हैं गुरु की हजूरी च खड़ के मैं गल करन भी तैयार हाँ कि जे पंजाब पक्षी होकर चले हाँ तो असी पंजाब पक्षी रहांगे असी आपदे मुद्दों प्रति संजीदगी नाल चले हाँ तो उही चलणगे तो असी इन्ह लीडर वाली जिहड़ियां पैरतां पईआं होईआं गलत तरीके दीआं नशे ते ला के मुंडिआं नूं चोण कंपेन च लैके जाणा झूठे वादे करने असी उह गल्लां नहीं करदे ठीक है असी जो मुद्दे आ जो गिदड़ वाहे दे उहनां ते जो ओवरऑल पंजाब दे आ उहनां ते मुद्दे तो यह है कि अज साडा पूरा पंजाब दा किसान मंडियां च रोह पिआ ठीक है जिहनूं फसल वेचण दी मतलब इजाजत नहीं हैगी जिहदी फसल वेक नहीं रही धरने लग चुके जिन्हां दे हत्थां च डिग्रियां बीएससी एमएससी पीएचडी करी बैठे नौजवान कोई टावरां ते चढ़िया बैठा कोई टैंकियां ते चढ़िया बैठा कोई सड़कां ते पिया सो इह मुद्दे आ जिहड़े ठीक है हल सरकार नूं करन दी लोड़ आ जदों ये सरकारां च नहीं हुंदे उदों तां अमित हेर वर्गियां दे बयान हुंदे आ कि इत्थे बाहरी लोकां दी भर्ती आ ते रोक लगनी चाहीदी आ पंजाब दे नौजवान नूं पहल देनी चाहीदी आ उदों तां ये बयान हुंदे आ जदों सरकार च आ जांदे आ उदों कहणगे जी तुहानूं इहदे लॉ नहीं पता तुहानूं इहनां दे कानून नहीं पता जां तां पहलां अनपढ़ सी जां हुण अनपढ़ जे हिमाचल हरियाणे च लागू हो सकदे आ वी उहनां दे लोक उत्थे काम करन ते फिर पंजाब च क्यों नहीं हो सकदे इह तां पंजाब स्टेट दा खिता ना उहदे च होणा चाहीदा ठीक है मुद्दों की राजनीति जो असं अक्सर गल करते हैं सुखराज तो मुद्दों की राजनीति से लोग सब तो पहला विकास का एजेंडा देखते हैं तुहाडी राजनीति की गल करिए सब तो पहला जिक्र करते हो बरगाड़ी बेअदबी मामले का उहदे इंसाफ नूं लैके हुण तक डगमगाहट ही है लोगों के लोगों के बेभरोसगी भरोसा कितने ना कि लोग जिताना चाहते हैं वो इंसाफ लेना चाहते हैं पर इस तो अगे भी जाने की लोड़ पैंदी है लोग जदों जिमनी चोणां खास तौर पर चोणां दे विच उम्मीदवार देखते हैं वह देखते हैं भी सरकार नाल जुड़िया होया कौन है या वो कौन है जिहड़ा साडे बाकी काम करा सकदा है वह विश्वास लोगों का बन पा रहा जे आपां एक गल दस दईए जे असीं इह चीज नूं इसे तरीके नाल ही रीप्रजेंट करना तो फिर साडे च गुरु साहब वाली स्पिरिट मरनी चाहीदी है होनी नहीं चाहीदी खत्म होना चाहीदा वह साडे लई की कुछ सोच के गए सी अपना आप उन्होंने वार्ता परिवार वार्ता जे 7 to 9 साल के बाबे सोच लेंदे उस समय वजीरियां पईआं एक पासे वजीरियां पईआं एक पासे कतलेआम पिआ वी सर कलम कीते जाणगे नीआं च चुणिआ जाऊगा तां मैनूं लगदा कि जे असीं उह जे हुंदे तां फिर असीं तां उह जांदे वी सानूं तां राजभाग मिल रिहा उधर नूं टप जगे सो सानूं इह सोचण दी लोड़ आ जे असीं चार क निज दी खातर अपने सिधांत छिके टांके गल करांगे विकास नहीं रुकना ठीक है विकास ना तां एमएलए ने आपदे जेब चों देणे आ उह सरकारी तौर ते पूरे सरकार दे वल्लों 117 एमएलए नूं लाट होणे आ 117 एमएलए ने फंड लगाने डीसी थ्रू फंड लगने एसडीएम थ्रू फंड लगने हल्के हाँ जरूरत होनी चाहिए साडे च लवाउण दी लगनगे ना कि साडे जरूरत होनी चाहिए भी किसी कम्मां दे विच हिस्सा पाओ जे पिंड दे विच इंटरलॉक चन्नी आ तां इंटरलॉक दी फैक्टरी आप दी ला लो जिहड़ी 3 रुपये इट पै रही 10 रुपये दिखा दिओ इत्थे चलियां ठीक है इत्थे पिछे जे तुसीं तुहाडे अरगे भरावां ने कवर कीतियां 5-5 सौ रुपए दी बिल्कुल 1000-1000 रुपए दी अट लगी इत्थे कई कई महंगे लेबरां कई कई महंगे 2-3 हजार दे सीमेंट दे गट्टे चल गए इत्थे सो इह चीजां नहीं होणियां असीं इन्ना ही बहुत आ जे लोकां ने साडे ते माण बख्शता ऐदू वड्डी मैनूं लगदा असीं पिछले 10 साल तों तुरन फिरन पंजाब दे विच लगे होए आ ठीक है पंजाब दे मुद्दिआं नूं लै के लगे होए आ ते सरकार ने जे गड्डी दा तेल ही फ्री करता मैनूं लगदा ऐदू वड्डी खुशी दी गल हो ही नहीं सकदी साडे हत्थ तों ਕਿ ਜਿਹੜੇ ਬੰਦੇ ਨੂੰ ਬੋਲਣ ਵਾਸਤੇ ਜਾਣ ਵਾਸਤੇ ਤੇਲ ਮਿਲ ਗਿਆ ਵੀ ਚਲੋ ਵੱਡੀ ਤਾਂ ਇਹੀ ਹੁੰਦੀ ਆ ਤੁਹਾਡੀ ਜੇਬ ਚ ਪੈਸੇ ਕਢਾ ਕੇ ਤੇਲ ਪਵਾਲਿਆ ਇਧਰੋਂ ਪਵਾਲਿਆ ਉਹੀ ਰੋਕ ਲੱਗ ਗਈ ਉਹਦੇ ਇਦੂ ਵੱਡੀ ਹੋਰ ਗੱਲ ਕਿ ਰੋਟੀ ਤਾਂ ਜਦੋਂ ਕੋਲੋਂ ਮਰਜ਼ੀ ਖੜ ਕੇ ਬਹਿ ਕੇ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਦੀ ਲੋੜ ਆ ਵੀ ਸਾਡੇ ਹਲਕੇ ਦੇ ਵਿਕਾਸ ਉੱਤੇ 13 ਸਾਲ ਐਮਐਲਏ ਰਿਹਾ ਰਾਜਾ ਵੜਿੰਗ ਠੀਕ ਹੈ ਅੱਜ ਵੀ ਮੌਜੂਦਾ ਹੀ ਸੀ ਹੋਣੀ 4-5 ਮਹੀਨੇ ਪਹਿਲਾਂ ਜਿਹੜਾ ਕਿ ਦੋਦਾ ਕੌਣੀ ਵਾਲੀ ਸੜਕ ਹੁਣ ਚੱਲ ਵੜਦੇ ਆ ਆਪਾਂ ਗੱਡੀ ਚ ਬਹਿ ਕੇ ਇੰਟਰਵਿਊ ਕਰ ਲੈਂਦੇ ਆ ਜੇ ਤੁਹਾਡਾ ਕੈਮਰਾਮੈਨ ਕੈਮਰਾ ਸਟੇਬਲ ਰੱਖ ਗਿਆ ਮੈਂ ਸੀਟ ਛੱਡ ਜਾਂਦਾ ਠੀਕ ਹੈ ਆਹ ਹਾਲ ਆ ਬਾਈ ਜੀ ਉਹ ਤਾਂ ਇਹ ਆ ਵੀ ਜੇ ਕਹਿੰਦੇ ਰੋਟੀ ਹਜ਼ਮ ਕਰਨੀ ਹੋਵੇ ਤਾਂ ਇੱਧਰ ਨੂੰ ਪਾਲੋ ਗੱਡੀ 5 ਕਿਲੋਮੀਟਰ ਤੇ ਬੰਦੇ ਦੀ ਰੋਟੀ ਹਜ਼ਮ ਹੋ ਜਾਂਦੀ ਹੈ ਤੁਰਨ ਫਿਰਨ ਦੀ ਲੋੜ ਨਹੀਂ ਚਲੋ ਇਹ ਪਰ ਲੋਕਾਂ ਨੇ ਫਤਵਾ ਦਿੱਤਾ ਵਾਰ ਵਾਰ ਦਿੱਤਾ ਤੁਸੀਂ ਵੇਖ ਲਓ ਤੀਜੀ ਵਾਰ ਹੈਟ੍ਰਿਕ ਮੈਂ ਤਾਂ ਲੋਕ ਕੀ ਕਰਨ ਮੈਂ ਪਰਸੋਂ ਪਿੰਡਾਂ ਦਾ ਟੂਰ ਲਾ ਕੇ ਆਇਆ ਬਾਈ ਤਰਾਸਦੀ ਇਹ ਆ ਕਿ ਅਸੀਂ ਇੱਕ ਰੋਡ ਮੈਪ ਬਣਾਤਾ ਜਿਹੜੇ ਪਿੰਡ ਜਾਂਦੇ ਉੱਥੇ ਭਾਜਪਾ ਦੀ ਗੱਡੀਆਂ ਭਾਜਪਾ ਦੇ ਬੰਦੇ ਉੱਥੇ ਹੀ ਕਾਂਗਰਸ ਦੇ ਬੰਦੇ ਜਿਹੜੇ ਪਿੰਡਾਂ 'ਚ ਜਾਂਦੇ ਉੱਥੇ ਉਹਨਾਂ ਦੇ ਘਰਾਂ 'ਚ ਵੜ ਜਾਂਦੇ ਆ ਜਾ ਕੇ ਬਾਈ ਸੁਖਰਾਜ ਤੋਂ ਡਰਦੇ ਨੇ ਨਹੀਂ ਮੈਂ ਕੌਣ ਆ ਡਰਾਉਣ ਵਾਲਾ ਬਾਈ ਇਹ ਤਾਂ ਆਪਦੀ ਬਖਲਾੜ ਤੋਂ ਡਰੀ ਜਾਂਦੇ ਆ ਬਈ ਯਾਰ ਲੋਕ ਨਾ ਉੱਥੇ ਇਕੱਠੇ ਹੋ ਜਾਣ ਲੋਕ ਉਧਰ ਨੂੰ ਨਾ ਚੱਲ ਪੈਣ ਪਰ ਮੈਂ ਕਹਿੰਦਾ ਵੀ ਤੁਸੀਂ ਦਬਾ ਲਓਗੇ ਕਰ ਲਓਗੇ ਬਹੁਤ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਬੇਅਦਬੀ ਵੇਲੇ ਇਹਨਾਂ ਨੇ ਧਰਨਾ ਨਾ ਲੱਗ ਜੇ
ਬਹੁਤ ਕੋਸ਼ਿਸ਼ਾਂ ਕੀਤੀਆਂ ਸੀ 7 ਅਕਤੂਬਰ 2018 ਦਾ ਮਾਰਚ ਰੋਕਣ ਵਾਸਤੇ, ਜਿਹਦੇ ਚ ਕੈਪਟਨ ਨੇ ਰੈਲੀ ਰੱਖ ਲਈ ਲੰਬੀ ਦੇ ਵਿੱਚ, ਤੇ ਕਾਂਗਰਸ ਨੇ ਜਿਹੜੀ ਬਾਦਲਾਂ ਨੇ ਰੈਲੀ ਰੱਖ ਲਈ ਬਿਲਕੁਲ ਉਹ ਪਟਿਆਲੇ ਬਈ, ਅਸੀਂ ਇੱਕ ਦੂਜੇ ਦੇ ਘਰਾਂ ਚ ਰੈਲੀ ਰੱਖ ਕੇ ਤੇ ਡੱਬੇ ਭੇਜੇ ਗਏ ਉਹਨਾਂ ਨੂੰ ਵੈਲਕਮ ਕਰਨ ਦੇ ਲਈ, ਭਾਈਚਾਰਕ ਸਾਂਝ ਕਾਇਮ ਕੀਤੀ ਇਹਨਾਂ ਨੇ ਪੂਰੀ। ਤੇ ਪਰ ਪੰਜਾਬ ਦੇ ਲੋਕ ਕਿੱਥੇ ਸੀਗੇ? ਠੀਕ ਹੈ, ਬਰਗਾੜੀ ਦੀਆਂ ਸੜਕਾਂ ਤੇ 40-40 ਕਿਲੋਮੀਟਰ ਦਾ ਜਾਮ ਸੀਗਾ, ਉਹ ਸਿੱਖਾਂ ਨੂੰ ਉਦੋਂ ਨਹੀਂ ਰੋਕ ਸਕੇ ਜੇ ਸਾਡੇ ਗੋਲੀ ਚੱਲੀ 2015 ਦੇ ਵਿੱਚ ਅਕਤੂਬਰ ਦੇ ਵਿੱਚ, ਤਾਂ ਸਿੱਖ ਗੋਲੀਆਂ ਮੂਹਰੇ ਹਿੱਕਣ ਡਾ ਕੇ ਖੜ ਗਏ, ਸਾਡੀਆਂ ਸ਼ਹੀਦੀਆਂ ਹੋਈਆਂ, ਸਾਡੇ ਨੌਜਵਾਨ ਗਏ, ਸਾਡੇ ਬਜ਼ੁਰਗ ਗਏ, ਸੋ ਇਹ ਉੱਥੇ ਨਹੀਂ ਰੋਕ ਸਕੇ। ਤੇ ਅੱਜ ਤਾਂ ਇੱਕ ਵੋਟ ਆ ਜਿਹੜਾ 10 ਸੈਕਿੰਡ ਦਾ ਲੋਕਾਂ ਦਾ ਆਪਦਾ ਮਨ ਆ, ਜੇ ਤਾਂ ਲੋਕਾਂ ਨੇ ਕਰਨਾ ਹੈ ਤਾਂ ਉੱਥੇ ਨਹੀਂ ਰੋਕ ਸਕਦੇ, ਘਰਾਂ 'ਚ ਬੈਠ ਕੇ ਤੁਸੀਂ ਲੋਕਾਂ ਨੂੰ ਕੈਦ ਨਹੀਂ ਕਰ ਸਕਦੇ। ਇਹ ਲੋਕਾਂ ਨੇ ਰੋਕ ਲੈਂਦੇ ਆ, ਪਿੱਛੇ 2022-24 ਦੇ ਵਿੱਚ ਹੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਰੋਕ ਲੈਂਦੇ, ਠੀਕ ਹੈ, 3-3, 4-4 ਲੱਖ ਕੈਂਡੀਡੇਟ ਵੋਟ ਲੈ ਗਏ, ਇੱਥੋਂ ਹੀ ਲੈ ਗਏ। ਬਿਲਕੁਲ, ਪਰ ਉਹ ਜਦੋਂ ਅਸਰ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ, ਠੀਕ ਹੈ, ਉਦੋਂ ਆਏ ਫਤਵਿਆਂ ਦਾ ਕਹਿੰਦੇ ਅਸਰ ਹੁਣ ਨਜ਼ਰ ਆਊਗਾ, ਨਹੀਂ ਆਊਗਾ ਸਾਨੂੰ 23 ਤਰੀਕ ਨੂੰ ਪਤਾ ਲੱਗੇਗਾ। ਪਰ ਸੁਖਰਾਜ, ਨਾਰਾਜ਼ਗੀਆਂ ਤੇ ਨਾਲ ਦੀ ਨਾਲ ਵਾਦ ਵਿਵਾਦ, ਕਈ ਤਰ੍ਹਾਂ ਦਾ ਦੌਰ ਤੁਹਾਡੇ ਨਾਲ ਜੁੜਦਾ ਨਜ਼ਰ ਆਇਆ। ਸਭ ਤੋਂ ਵੱਡੀ ਗੱਲ ਤਾਂ ਇਹ ਹੋ ਜਾਂਦੀ ਜਦੋਂ ਤੁਹਾਡੇ ਵਰਗੇ ਉਮੀਦਵਾਰ ਖੜੇ ਹੋ ਜਾਂਦੇ ਨੇ ਵੋਟਾਂ ਦੇ ਵਿੱਚ, ਤਾਂ ਇਹ ਕਿਹਾ ਜਾਂਦਾ ਹੈ ਕਿ ਇੱਕ ਵਿਰੋਧੀ ਤਾਕਤ ਜਾਂ ਇੱਕ ਵੱਡੀ ਤਾਕਤ, ਇੱਕ ਕੋਈ ਮਹਾਂਸ਼ਕਤੀ ਹੈ ਜਿਹੜੀ ਇਹਨਾਂ ਦੇ ਪਿੱਛੇ ਕੰਮ ਕਰ ਰਹੀ ਹੈ, ਸਟੇਟ ਜਿਹਨੂੰ ਕਹਿ ਦਿੰਦੇ ਆ, ਸਟੇਟ ਸ਼ੈਲਟਰਿੰਗ ਹੋ ਜਾਂਦੀ ਹੈ। ਮੈਂ ਇੱਕ ਗੱਲ ਦੱਸਦਾ, ਸਟੇਟ ਕਿਹੜੀ ਕਿਹੜੇ ਤਰੀਕੇ ਕੀ, ਮੈਂ ਡੈਂਪੀ ਨੂੰ ਚੰਗਾ ਕਹਿ ਰਿਹਾ, ਜਿਹਨਾਂ ਦੇ ਰਾਜ ਚ ਹੋਇਆ ਉਹਨਾਂ ਦਾ ਭਾਈਵਾਲ, ਜਿਹੜੇ ਇਨਸਾਫ ਦੇਣ ਦੇ ਲਈ ਉਹਨਾਂ ਦਾ ਭਾਈਵਾਲ, ਕੀ ਸਾਡਾ ਚੰਗਾ ਕਰ ਦੂਗਾ? ਭਾਜਪਾ ਉਹ ਜਿਹੜੀ ਕਿਸਾਨਾਂ ਦੇ ਉੱਤੇ ਡਾਂਗਾ ਚਲਾ ਗਈ, 400 ਤੋਂ ਵੱਧ ਕਿਸਾਨ ਆ ਜਿਹੜਾ ਸਾਡਾ ਦਿੱਲੀ ਧਰਨੇ ਤੇ ਬੈਠਾ ਰੱਬ ਨੂੰ ਪਿਆਰਾ ਹੋ ਗਿਆ, ਸਿਰਫ ਇਸ ਮੰਗਾਂ ਦੇ ਲਈ ਕੋਈ ਨਿੱਜ ਪ੍ਰਸਤ ਲਈ ਨਹੀਂ ਸੀ। ਠੀਕ ਹੈ, ਕਾਂਗਰਸ ਉਹ ਆ ਜਿਹਨਾਂ ਨੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਤਾ, ਸਾਡੇ ਨੌਜਵਾਨ ਮਾਰਤੇ, ਮੁਕਾਬਲੇ ਬਣਾਤੇ, ਸਾਡੇ ਨੌਜਵਾਨ ਅੱਜ ਤੱਕ ਨਹੀਂ ਲੱਭ ਸਕੇ, ਖਾਲੜੇ ਵਰਗੇ ਸਾਡੇ ਪੁਰਖੇ ਆ ਜਿਹੜੇ ਅੱਜ ਤੱਕ ਨਹੀਂ ਸਾਨੂੰ ਮਿਲੇ, ਜਿਹਨਾਂ ਦੀਆਂ ਲਾਸ਼ਾਂ ਨਹੀਂ ਸਾਨੂੰ ਬਰਾਮਦ ਹੋਈਆਂ, ਤਾਂ ਅਸੀਂ ਉਹਨਾਂ ਨਾਲ ਕਿਵੇਂ ਰਲਾਂਗੇ ਬਾਈ? ਕਿਹੜੇ ਤੰਤਰ ਨਾਲ ਰਲਣ ਦੀ ਗੱਲ ਕਰਦੇ ਹੋ? ਅਸੀਂ ਪੰਜਾਬ ਦੇ ਹੋ ਕੇ ਚੱਲਣ ਵਾਲੇ ਲੋਕ ਹਾਂ, ਜੇ ਰਲਣਾ ਹੁੰਦਾ ਬਾਈ ਤੰਤਰ ਵਰਤ ਲੈਂਦਾ ਆ, ਤੰਤਰ ਜਿੱਤੇ ਹੋਏ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਤੰਤਰ ਵਰਤਦਾ ਕਿਵੇਂ? ਤੰਤਰ ਕੋਲੇ ਆਈਟੀ ਸੈੱਲ ਆ, ਤੰਤਰ ਕੋਲੇ ਇੱਕ ਬਹੁਤ ਵੱਡਾ ਸਟਰਕਚਰ ਆ, ਠੀਕ ਹੈ, ਉਹ ਤੁਹਾਡੇ ਖਿਲਾਫ ਭੁਗਤਾ ਸਕਦਾ ਦੇ ਖਿਲਾਫ ਚੱਲ ਰਿਹਾ। ਬਿਲਕੁਲ, ਮੇਰੇ ਖਿਲਾਫ ਜਿੰਨਾ ਚੱਲ ਰਿਹਾ, ਫੇਕ ਆਈਡੀਆਂ ਤੇ ਚੱਲ ਰਿਹਾ, ਸੰਤਾਂ ਦੀ ਫੋਟੋ ਲਾਈ ਹੋਊਗੀ, ਪੱਗਾਂ 'ਚ ਸਿਰ ਪਸਾਏ ਵਾਲੀਆਂ ਫੋਟੋ ਲਾਈਆਂ ਹੋਣਗੀਆਂ, ਉਹ ਲੋਕਾਂ ਨੂੰ ਕੇਸ ਬਾਰੇ ਨਹੀਂ ਪਤਾ ਹੁੰਦਾ, ਉਹ ਲੋਕਾਂ ਨੂੰ ਕਿਸੇ ਦੇ ਉਸ ਸੰਘਰਸ਼ ਬਾਰੇ ਨਹੀਂ ਪਤਾ ਹੁੰਦਾ, ਉਹ ਹੀ ਆਪਦੇ ਵੱਲੋਂ ਇੱਕ ਟੂਚਲ ਜਿਹਾ ਮੈਸੇਜ ਲਿਖ ਦਿੰਦੇ ਆ, ਪਰ ਪ੍ਰਭਾਵ ਤਾਂ ਪਾਉਂਦੀਆਂ ਨੇ ਚੀਜ਼ਾਂ, ਪਰਸੈਪਸ਼ਨ ਪ੍ਰਭਾਵ ਤਾਂ ਹੁੰਦਾ ਹੀ ਆ ਬਈ, ਸੋਸ਼ਲ ਮੀਡੀਆ ਸਰਕਾਰ ਬਣਾ ਜਾਂਦਾ, ਪ੍ਰਭਾਵ ਨਹੀਂ ਪੈਂਦਾ, ਜਾਂ ਅਸੀਂ ਤੌਰ ਤੇ ਕਹਿ ਦਈਏ ਇੱਕ ਪ੍ਰਭਾਵ ਉੱਥੇ ਪੈਂਦਾ, ਜਦੋਂ ਜਦੋਂ ਅਸੀਂ ਪਰਸੈਪਸ਼ਨ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਮਾਹੌਲ ਦੇ ਵਿੱਚ ਅਰਾਜਕਤਾ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਕਿਤੇ ਨਾ ਕਿਤੇ ਪਾਣੀ ਦੀ ਬੂੰਦ ਜਿੰਨਾ ਅਸਰ ਤਾਂ ਕਰਦਾ ਹੀ ਆ। ਮੈਂ ਕਹਿੰਦਾ ਜੀ ਕਰਦਾ, ਬਹੁਤ ਵੱਡਾ ਅਸਰ ਕਰ ਸਕਦਾ, ਪਰ ਤੁਸੀਂ ਮੈਨੂੰ ਇੱਕ ਗੱਲ ਇਹ ਦੱਸੋ ਬਾਈ, ਜੇ ਸਰਕਾਰਾਂ ਇਸ ਚੀਜ਼ੇ ਨਾਲ ਬਣਦੀਆਂ ਹੁੰਦੀਆਂ, ਤਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਏਡਾ ਨੇਰ ਵਗਿਆ ਸੀ, ਠੀਕ ਹੈ, ਸਰਕਾਰ ਨਹੀਂ ਬਣੀ ਬਾਈ, ਠੀਕ ਹੈ, ਉਹਦਾ ਕਾਰਨ ਸੀਗਾ ਕਿਉਂਕਿ ਆਈਟੀ ਸੈੱਲ ਐਕਟਿਵ ਸੀਗੇ, ਇਹਨਾਂ ਨੇ ਆਪਦਾ ਸਾਰਾ ਕੁਝ ਕਰਕੇ ਕਰਾਇਆ ਸੀ, ਤੁਹਾਡੇ ਮੇਰੇ ਵਰਗਿਆਂ ਨੇ ਨਹੀਂ ਉਹ ਏਡੀਆਂ ਗੱਲਾਂ ਕੀਤੀਆਂ ਹੋਣਗੀਆਂ ਜਿਹੜੀਆਂ ਇਹਨਾਂ ਨੇ ਆਪਦੇ ਬੰਦਿਆਂ ਤੋਂ ਕਰਾਈਆਂ ਸੀਗੀਆਂ, ਵੱਡੀਆਂ ਵੱਡੀਆਂ ਰੈਲੀਆਂ ਕਢਾਤੀਆਂ ਸੀ, ਕੰਪਾਈਨਾਂ ਸੜਕਾਂ ਤੇ ਲਿਆਤੀਆਂ ਸੀ ਰੈਲੀਆਂ ਦੇ ਵਿੱਚ, ਤੇ ਸਰਕਾਰ ਕਦੋਂ ਬਣੀ? ਜਦੋਂ ਲੋਕ ਉਹਨਾਂ ਤੋਂ ਅੱਕੇ ਸੀ, ਠੀਕ ਹੈ, ਆ ਪਹਿਲੀ ਵਾਰ ਮੈਨੂੰ ਲੱਗਦਾ ਪੰਜਾਬ ਦੇ ਵਿੱਚ 92 ਦਾ ਫਤਵਾ ਆਮ ਆਦਮੀ ਪਾਰਟੀ ਨੂੰ ਮਿਲਿਆ, ਉਹ ਵੀ ਕਿਉਂ ਮਿਲਿਆ? ਕਿਉਂਕਿ ਇਹਨਾਂ ਨੇ ਕਿਹਾ ਵੀ ਭੰਨ ਤੋੜ ਵੀ ਨਾ ਕਰ ਸਕਣ, ਪੰਜਾਬ ਦੇ ਲੋਕਾਂ ਨੇ ਕਹਿਤਾ ਬਿਲਕੁਲ ਵੀ ਇਹ ਕਿਸੇ ਨੂੰ ਇੱਧਰ ਉੱਧਰ ਖਿੱਚ ਵੀ ਨਾ ਸਕਣ, ਇਹਨਾਂ ਦੀ ਸਰਕਾਰ ਨਹੀਂ ਆਉਣੀ ਚਾਹੀਦੀ ਦੂਜਿਆਂ ਦੀ, ਨਵੇਂ ਲੈ ਕੇ ਆਓ, ਤੇ ਅੱਜ ਜੇ ਨਵੇਂ ਉਹਨਾਂ ਚਾਰ ਉਹਨਾਂ ਗੱਲਾਂ ਦੇ ਉੱਤੇ ਕੰਮ ਕਰਨਗੇ ਜਿਹੜੀਆਂ ਪੁਰਾਣਿਆਂ ਨੂੰ ਰੋਕਿਆ ਸੀ, ਤਾਂ ਫਿਰ ਨਵੇਂ ਕਿਹੜਾ ਬਖਸ਼ੇ ਜਾਣਗੇ? ਪਰ ਜਿਹੜਾ ਰਾਹ ਤੁਸੀਂ ਲੱਭ ਰਹੇ ਹੋ, ਤੁਸੀਂ ਤਾਂ ਇੱਕ ਆਪਣਾ ਸਿੱਧ ਤੌਰ 'ਤੇ ਕਹਿੰਦੇ ਕਿ ਇਨਸਾਫ ਦਾ ਰਾਹ ਲੱਭ ਰਹੇ ਹੋ, ਤੁਹਾਡੇ ਮੈਂ ਪੋਸਟਰ ਦੇਖ ਰਿਹਾ, ਤੁਹਾਡੇ ਪੋਸਟਰਾਂ 'ਤੇ ਨਾ ਤਾਂ ਸਰਬਜੀਤ ਸਿੰਘ ਖਾਲਸਾ ਦੀ ਤਸਵੀਰ ਹੈ, ਨਾ ਹੀ ਸਿਮਰਜੀਤ ਸਿੰਘ ਮਾਨ ਦੀ ਤਸਵੀਰ ਹੈ, ਤਸਵੀਰਾਂ ਉਹਨਾਂ ਹਸਤੀਆਂ ਦੀਆਂ ਨੇ ਜਿਨ੍ਹਾਂ ਨਾਲ ਵਾਦ ਵਿਵਾਦ ਜੁੜਦੇ ਰਹੇ ਨੇ, ਤੁਹਾਡੀ ਅਕਾਲ ਦੀ ਆਈਡੋਲੋਜੀ ਹੈ, ਉਹ ਦੋ ਤਸਵੀਰਾਂ ਕਿਉਂ ਨੇ ਜਿਹੜੇ ਇਸ ਵਕਤ ਸਭ ਤੋਂ ਵੱਡੇ ਆਪਣੇ ਆਪ ਨੂੰ ਆਗੂ ਕਹਿੰਦੇ ਵੀ ਨੇ ਜਾਂ ਕਹਾਉਂਦੇ ਵੀ ਨੇ ਜਾਂ ਲੋਕ ਵੀ ਉਹਨਾਂ ਨੂੰ ਆਗੂ ਮੰਨਦੇ ਵੀ ਨੇ? ਨਹੀਂ, ਲੱਗੀ ਆ ਜਿਹੜੀ ਤੁਸੀਂ ਪਹਿਲਾਂ ਦੀ ਗੱਲ ਕਰ ਰਹੇ ਹੋ, ਪਹਿਲੀ ਇੱਕ ਜਿਹੜੇ ਪੋਸਟਰ ਲੱਗੇ ਸੀ ਉਹਨਾਂ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ, ਠੀਕ ਹੈ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਹੜੇ ਉਹਦਾ ਕਾਰਨ ਪਤਾ ਕੀ ਆ? ਫੋਟੋ ਵੇਖ ਕੇ ਜਿਹੜੇ ਜੱਜ ਕਰਦੇ ਆ ਉਹਨਾਂ ਦੇ ਵਿੱਚ ਇੱਕ ਪ੍ਰੈਫਰੈਂਸ ਬਣਾਈ ਹੋਈ ਆ ਵੀ ਇਹ ਗਲਤ ਲੋਕ ਨੇ ਜਿਹੜੇ ਜੱਜ ਕਰਦੇ, ਠੀਕ ਹੈ, ਉਹਦੇ ਪਿੱਛੇ ਇੱਕ ਕਾਰਨ ਆ ਵੀ ਅੱਜ ਵਪਾਰੀ ਵਰਗ, ਅੱਜ ਕਿਸਾਨੀ ਵਰਗ, ਮਜ਼ਦੂਰ ਵਰਗ ਉਸ ਆਨੰਦਪੁਰ ਦੇ ਮਤੇ ਦੀ ਗੱਲ ਕਰ ਰਿਹਾ ਪਰ ਨਾਂ ਨਹੀਂ ਲੈ ਰਿਹਾ,
ਉਸ ਸਿਧਾਂਤਾਂ ਦੀ ਗੱਲ ਕਰ ਰਿਹਾ ਜਿਹੜਿਆਂ ਦੇ ਉੱਤੇ ਸੰਤਾਂ ਨੇ ਆਨੰਦਪੁਰ ਦਾ ਮਤਾ ਲੈ ਕੇ ਆਂਦਾ ਸੀ। ਤੁਸੀਂ ਕਹਿੰਦੇ ਵਪਾਰੀ ਵਰਗ ਵੀ ਕਰ ਰਿਹਾ, ਪਰ ਵਪਾਰੀ ਵਰਗ ਸਿੱਧੇ ਤੌਰ ਤੇ ਕਹਿੰਦੇ ਇੱਕ ਪਾੜਾ ਵੱਡਾ ਪਾਇਆ ਜਾ ਰਿਹਾ ਆ ਇਹ ਪੰਜਾਬ ਤੁਹਾਡੇ ਵਾਲੇ ਖੇਮੇ ਨੂੰ, ਜਿਹਨੂੰ ਪੰਥਕ ਖੇਮਾ ਤੁਸੀਂ ਪੰਥਕ ਚਿਹਰੇ ਕਹਿੰਦੇ ਹੋ, ਉਸ ਖੇਮੇ ਨੂੰ ਰੈਡੀਕਲ ਵੱਖਵਾਦੀ ਖਾਲਿਸਤਾਨੀ ਕਹਿ ਕੇ ਸੰਬੋਧਨ ਕਰ ਲਿਆ ਜਾਂਦਾ, ਗਰਮ ਖਿਆਲੀ ਕਹਿ ਕੇ ਸੰਬੋਧਨ ਕਰ ਲਿਆ ਜਾਂਦਾ ਆ। ਸਮਝ ਆਉਂਦੀ ਬਈ ਤੁਸੀਂ ਮੈਨੂੰ ਇੱਕ ਇਹੋ ਜਿਹੀ ਕੋਈ ਇੰਸੀਡੈਂਟ ਕੱਢ ਕੇ ਦਿਖਾ ਦਿਓ ਵੀ ਪਿੰਡਾਂ ਦੇ ਵਿੱਚ ਬਾਣੀਏ ਦਾ ਸਿੱਖਾਂ ਨੇ ਜਾਂ ਪਿੰਡਾਂ ਵਾਲੇ ਲੋਕਾਂ ਨੇ ਸਿਰ ਪੜਤਾ ਹੋਵੇ, ਠੀਕ ਹੈ, ਕੋਈ ਇੱਕ ਕੱਢ ਕੇ ਦਿਖਾ ਦਿਓ। ਬਾਲੀਆਂ ਤਾਂ ਹੁਣ ਵੀ ਦੂਰ ਦੀ ਗੱਲ ਆ, ਜਦੋਂ ਵੀ ਹੋਇਆ ਇਸ ਤੰਤਰ ਵੱਲੋਂ ਹੋਇਆ ਤਾਂ ਸਿੱਖਾਂ ਦਾ ਘਾਣ ਹੋਇਆ। ਅਸੀਂ ਅੱਜ ਵੀ ਇਕੱਠੇ ਹਾਂ, ਅਸੀਂ ਪਿੰਡਾਂ ਦਾ ਜਿਹੜਾ ਪਿੰਡਾਂ ਵਾਲਾ, ਮੈਂ ਬਾਣੀਆਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਆਪਣੇ ਪਿੰਡਾਂ ਦੇ ਸਾਰੇ ਸੰਬੋਧਨ ਕਰਦੇ ਹਾਂ, ਠੀਕ ਹੈ, ਮੈਂ ਉਸ ਵਪਾਰੀ ਵਰਗ ਦੇ ਲਈ ਵਰਤ ਰਿਹਾ, ਮੈਂ ਮਤਲਬ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ। ਉਹਦਾ ਕਾਰਨ ਵੀ ਇਹ ਆ ਵੀ ਉਸ ਕਮਿਊਨਿਟੀ ਤੇ ਇੰਨਾ ਕੁ ਮਾਣ ਆ ਸਾਡੇ ਪਿੰਡ ਵਾਲਿਆਂ ਨੂੰ, ਸਾਡੀਆਂ ਤੁਰਦੀਆਂ ਫਿਰਦੀਆਂ ਬੈਂਕਾਂ ਬਾਈ, ਬਿਲਕੁਲ ਸਾਡੇ ਪੁਰਖੇ ਜਾਂਦੇ ਸੀ, ਤੁਰੇ ਜਾਂਦੇ ਸ਼ਹਿਰ ਪਰਨਾ ਬੰਨਿਆ ਹੋਣਾ, ਤੁਰੇ ਜਾਂਦੇ ਨੇ ਸਾਡੇ ਪੁਰਖਿਆਂ ਨੇ ਚਾਦਰਾ ਲਾਉਂਦੇ ਜਾਣਾ, ਆੜਤਕੇ ਦਾ ਜਾ ਕੇ ਗੁੱਟ ਫੜਕਣਾ, ਲਾਲਾ ਜੀ ਦਿਓ 10,000 ਮੁੰਡੇ ਨੇ ਫੀਸ ਭਰਨੀ ਆ, ਦਿਓ 10,000 ਮੁੰਡੇ ਨੇ ਵਿਆਹ ਜਾਣਾ, ਮੁੰਡੇ ਨੇ 20,000 ਦਿਓ ਵਿਆਹ ਜਾਣਾ। ਸੋ ਉਹ ਚੀਜ਼ਾਂ 'ਚ ਸਾਡੀ ਏਡੀ ਕੁ ਪਿਆਰ ਤੇ ਭਾਈਚਾਰਕ ਸਾਂਝ ਹੋਵੇ, ਉਸ ਸਾਂਝ ਨੂੰ ਬਰਕਰਾਰ ਰੱਖਣ ਵਾਲੇ ਸਾਡੇ ਲੋਕ ਤੇ ਉਹਨਾਂ 'ਚ ਸਿਸਟਮ ਆ ਕੇ ਪਾੜਾ ਪਾ ਜੇ ਤਾਂ ਫਿਰ ਸਿਸਟਮ ਹੀ ਵੱਡਾ ਨਹੀਂ ਲੱਗਦਾ। ਪਾੜਾ ਪੈ ਗਿਆ, ਗੈਪ ਵੱਧਦਾ ਹੋਇਆ ਨਜ਼ਰ ਆ ਰਿਹਾ, ਸ਼ਹਿਰੀਕਰਨ ਤੇ ਪਿੰਡੂਕਰਨ ਵਿੱਚ ਫਰਕ ਹੈ। ਸ਼ਹਿਰੀਕਰਨ ਕੀਤਾ ਗਿਆ, ਪਿੰਡੂਕਰਨ ਨੂੰ ਦੁਫਾੜ ਕੀਤਾ ਗਿਆ, ਪਿੰਡੂਕਰਨ ਨੂੰ ਦੁਫਾੜ ਕਰਕੇ ਮਜ਼ਦੂਰ ਤੇ ਕਿਸਾਨ ਵਰਗ ਵਿੱਚ ਵੰਡਿਆ ਗਿਆ, ਠੀਕ ਹੈ, ਸ਼ਹਿਰੀਕਰਨ ਨੂੰ ਇੱਕ ਵਪਾਰ ਵਰਗ ਵਿੱਚ ਵੰਡ ਦਿੱਤਾ ਗਿਆ। ਪਰ ਮੈਨੂੰ ਇਹ ਦੱਸੋ ਵੀ ਇਹਨਾਂ ਤਿੰਨਾਂ ਦਾ ਢਾਂਚਾ ਇਕੱਠਾ ਇਹ ਇੱਕ ਦੂਜੇ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਜੇ ਮਜ਼ਦੂਰ ਕੰਮ ਕਰਦਾ, ਜ਼ਿਮੀਂਦਾਰ ਦੀ ਫਸਲ ਬਣਦੀ ਆ, ਫਸਲ ਵਪਾਰੀ ਵਰਗ ਕੋਲੇ ਜਾਂਦੀ ਆ, ਵਿਕਦੀ ਆ, ਉਹ ਮਜ਼ਦੂਰ ਕਿਸਾਨ ਨੂੰ ਪੈਸੇ ਦਿੰਦਾ ਤੇ ਮਜ਼ਦੂਰ ਦੇ ਘਰੇ ਆਉਂਦਾ, ਜੁੜਦਾ ਨਾ, ਇਹ ਉਹਨਾਂ ਨੂੰ ਪਾੜ ਕੇ ਰਾਜ ਕਰਦੇ ਆ ਕਿਵੇਂ, ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਵਪਾਰੀ ਵਰਗ ਦੇ ਵਿੱਚ ਜਾ ਕੇ ਵੱਡੀ ਮੀਟਿੰਗ ਕਰਕੇ ਆਣਗੇ, ਤੁਹਾਨੂੰ ਆਹ ਚੀਜ਼ ਅਲਾਟ ਕਰਾਤੀ, ਤੁਸੀਂ ਸਾਡੇ ਨਾਲ ਚੱਲੋ। ਵਪਾਰੀ ਵਰਗ ਥੋੜਾ ਜਿਹਾ ਉਧਰ ਨੂੰ ਸੋਫਟ ਕਾਰਨਰ ਦਿਖਾ ਕੇ ਪਿੰਡ ਵਾਲਿਆਂ ਨੂੰ ਕਿਤੇ ਨਾ ਕਿਤੇ ਮਾੜੀ ਜੀ ਉਸ ਤਰੀਕੇ ਦੀ ਬਿਆਨਬਾਜ਼ੀ 'ਚ ਆ ਜਾਂਦਾ। ਪਰ ਕੀ ਅੱਜ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵਪਾਰੀ ਵਰਗ ਨੇ ਧਰਨਾ ਨਹੀਂ ਲਾਇਆ? ਠੀਕ ਹੈ, ਲਾਇਆ ਨਾ, ਠੀਕ ਹੈ, ਕਿਸਾਨਾਂ ਨੇ ਲਾਇਆ ਨਾ, ਮਜ਼ਦੂਰਾਂ ਨੇ ਲਾਇਆ ਨਾ, ਯਾਰ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਚੱਲ ਸਕਦੇ ਇਸ ਤੰਤਰ ਦੇ ਖਿਲਾਫ਼? ਕੋਸ਼ਿਸ਼ ਕਰੂੰਗਾ ਜੀ ਮੈਂ ਸਾਡੇ ਲਈ, ਅਸੀਂ ਜਿੰਨੇ ਵੀ ਇਹਨਾਂ ਵਪਾਰੀ ਵਰਗ ਦੇ ਵੀਰਾਂ ਭਰਾਵਾਂ ਨੂੰ ਮਿਲਦੇ ਹਾਂ ਤੇ ਇੱਕੋ ਗੱਲ ਕਹਿੰਦੇ ਹਾਂ ਯਾਰ, ਸਾਡਾ ਇੱਕ ਪਿਆਰ ਆ। ਦੇਖੋ ਤਕਰਾਰ ਦੋ ਸਕੇ ਭਰਾਵਾਂ ਦੀ ਵੀ ਹੁੰਦੀ ਆ, ਠੀਕ ਹੈ, ਉਹ ਘਰਾਂ 'ਚ ਲੜਾਈਆਂ ਹੁੰਦੀਆਂ ਸਿਰ ਪੱਟਣ ਵਾਲੀਆਂ ਉੱਥੇ ਵੀ ਹੋ ਜਾਂਦੀਆਂ, ਉਹ ਜਦੋਂ ਹੋਣਾ ਉਹ ਹੋ ਹੀ ਜਾਣਾ, ਉਹ ਭਾਵੇਂ ਵਪਾਰੀ ਆ ਭਾਵੇਂ ਮਜ਼ਦੂਰ ਆ, ਠੀਕ ਹੈ, ਪਰ ਜਿੱਥੇ ਯਾਰ ਸਾਡੀ ਏਕੇ ਦੀ ਆ ਉੱਥੇ ਸਾਡਾ ਏਕਾ ਬਰਕਰਾਰ ਆ। ਸੁਖਰਾਜ, ਮੇਰਾ ਆਖਰੀ ਸਵਾਲ ਹੈ, ਜੇਕਰ 23 ਤਰੀਕ ਨੂੰ ਫਤਵਾ ਸੁਖਰਾਜ ਸਿੰਘ ਨਿਆਮੀ ਵਾਲਿਆਂ ਦੇ ਹੱਕ ਦੇ ਵਿੱਚ ਆ ਗਿਆ ਗਦਰਬਾ ਤੋਂ, ਤਾਂ ਕੀ ਮੰਨੀਏ ਬੇਅਦਬੀ ਦਾ ਇਨਸਾਫ਼ ਲੋਕਾਂ ਨੂੰ ਮਿਲ ਗਿਆ? ਨਹੀਂ, ਮੈਂ ਝੂਠਾ ਵਾਅਦਾ ਨਹੀਂ ਕਰਦਾ, ਪਰ ਮੈਂ ਇੱਕ ਗੱਲ ਇਹ ਕਹਿ ਸਕਦਾ ਕਿ ਮੈਂ ਲੋਕਾਂ ਦੇ ਲਈ ਬੇਅਦਬੀ ਨੂੰ ਰੋਕਣ ਦੇ ਲਈ, ਸਾਡੇ ਪੰਥ ਦੇ ਲਈ, ਪੰਜਾਬ ਦੇ ਲਈ, ਭਾਈਚਾਰਕ ਸਾਂਝ ਦੇ ਲਈ, ਹਿੰਦੂਆਂ ਦੇ ਇਸ਼ਟ ਦੀ ਬੇਅਦਬੀ ਨਾ ਹੋਵੇ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਨਾ ਹੋਵੇ, ਕੁਰਾਨ ਸ਼ਰੀਫ ਦੀ ਬੇਅਦਬੀ ਨਾ ਹੋਵੇ, ਬਾਈਬਲ ਦੀ ਬੇਅਦਬੀ ਨਾ ਹੋਵੇ, ਉਹਦੇ ਲਈ ਜਿਹੜੇ ਕਾਨੂੰਨ ਬਣਨ ਵਾਲੇ ਆ ਪੁਖਤਾ ਕਾਨੂੰਨ ਬਣਾਏ ਜਾਣਗੇ, ਬਣਵਾਉਣ ਦੇ ਲਈ ਜਿੱਥੋਂ ਤੱਕ ਜ਼ੋਰ ਲੱਗੂਗਾ ਉਹ ਲੱਗੂਗਾ। ਕਿਉਂਕਿ ਇੱਕ ਪੀੜਿਤ ਪਰਿਵਾਰ ਵੱਲੋਂ ਜੇ ਮੈਂ ਪਿਛਲੇ 10 ਸਾਲ ਤੋਂ ਸਰਕਾਰਾਂ ਦੇ ਖਿਲਾਫ਼ ਲੜ ਰਿਹਾ ਨਾ, ਤਾਂ ਇੱਕ ਰੀਪ੍ਰਜੈਂਟੇਟਿਵ ਬਣ ਕੇ ਲੜੂੰਗਾ, ਤਾਂ ਉਹਦੇ 'ਚ ਬਹੁਤ ਵੱਡਾ ਖਿਲਾਫ਼ ਲੜਨ ਦੀ ਗੱਲ ਕਰਦੇ ਹੋ, ਸਰਕਾਰਾਂ ਦਿੱਤੇ ਹੋਏ ਭਰੋਸਿਆਂ 'ਤੇ ਯਕੀਨ ਵੀ ਤੁਸੀਂ ਕੀਤਾ? ਕਦੋਂ ਕੀਤਾ ਦੱਸੋ? ਧਰਨੇ ਕਿਉਂ ਚੁੱਕੇ? ਧਰਨਾ ਅਸੀਂ ਹਾਂ ਤੁਸੀਂ ਗੱਲ ਕੀਤੀ ਆ, ਸਾਡੇ ਧਰਨੇ ਦੀ ਮੰਗ ਸੀ ਬੇਅਦਬੀ ਵਾਲਾ ਮੁੱਖ ਦੋਸ਼ੀ ਕੌਣ ਆ? ਠੀਕ ਹੈ, ਸਰਸੇ ਵਾਲਾ ਨਾ, ਠੀਕ, ਪਰਚਾ ਹੋਣਾ ਚਾਹੀਦਾ, ਠੀਕ ਹੈ, ਉਸ 'ਤੇ ਪਰਚਾ ਹੋਇਆ ਨਾ, ਓਕੇ, ਗੋਲੀਕਾਂਡ ਦਾ ਮੁੱਖ ਦੋਸ਼ੀ ਕੌਣ ਆ? ਠੀਕ ਹੈ, ਸਮੇਂ ਦਾ DGP ਤੇ ਮੁੱਖ ਮੰਤਰੀ ਆ, ਉਹਨਾਂ 'ਤੇ ਪਰਚਾ ਹੋਇਆ ਨਾ। ਅੱਜ ਸਰਕਾਰਾਂ ਖਿਲਾਫੀਅਤ ਉਹਨਾਂ ਦੀ ਕਿਵੇਂ ਕਰਦੀਆਂ? ਉਹ ਕੋਰਟਾਂ 'ਚ ਜਾ ਕੇ ਕਰੀ ਜਾਂਦੀਆਂ, ਸਾਡੇ ਵਾਲੇ ਸਾਡੇ ਏਜੰਡੇ ਦੇ ਉੱਤੇ ਤਾਂ ਅਸੀਂ ਅੱਜ ਵੀ ਨਹੀਂ ਨਿਵੇਂ ਹੋਏ, ਅਸੀਂ ਅੱਜ ਵੀ ਉੱਥੇ ਖੜ ਕੇ ਉਹਨਾਂ ਦੇ ਪਰਚੇ ਕਰਾਏ ਆ, ਅਸੀਂ ਅੱਜ ਵੀ ਉਹਨਾਂ ਨੂੰ ਕੋਰਟਾਂ 'ਚ ਲੈ ਕੇ ਆਏ ਹਾਂ, ਅੱਜ ਵੀ ਉਹਨਾਂ ਮੁੱਖ ਮੰਤਰੀਆਂ ਨੂੰ, ਉਹਨਾਂ DGP, ਉਹਨਾਂ IG, ਉਹਨਾਂ SSP, SHO ਰੈਂਕ ਦੇ ਬੰਦਿਆਂ ਨੂੰ ਤਰੀਕਾਂ 'ਤੇ ਆਉਣਾ ਪੈਂਦਾ। ਪਰ ਉਹਦੇ 'ਚ ਜੇ ਸਰਕਾਰ ਜਾਂ ਇੱਥੋਂ ਦਾ ਸ਼ੈਲਟਰ ਉਹਨਾਂ ਦੇ ਹੱਕ 'ਚ ਭੁਗਤਦਾ, ਉਹ ਉੱਥੇ ਆਪਦੇ ਬੰਦੇ ਨਹੀਂ ਭੇਜਦਾ। ਕਿਉਂਕਿ ਜਿਹੜਾ ਮੇਰੇ ਵਾਲਾ ਕੇਸ ਆ, ਮੇਰੇ ਬਾਪੂ ਦੀ ਸ਼ਹੀਦੀ ਵਾਲਾ ਕੇਸ ਆ, ਮਰਡਰ ਦਾ ਕੇਸ ਆ, ਉਹਦੇ 'ਚ ਮੈਂ ਦੂਜੇ ਨੰਬਰ ਦੀ ਪਾਰਟੀ ਹਾਂ, ਪਹਿਲੇ ਨੰਬਰ ਦੀ ਸਰਕਾਰ ਪਾਰਟੀ ਹੈ, ਠੀਕ ਹੈ, ਤੇ ਜੇ ਸਰਕਾਰ ਉਹ 'ਚ ਨੀਵੀਂ ਰਹੂਗੀ ਮੈਂ ਤਾਂ ਆਪਦਾ ਜ਼ੋਰ ਫਿਰ ਵੀ ਲਾਈ ਜਾਂਦਾ, ਠੀਕ ਹੈ, ਮੈਂ ਤਾਂ ਇਹ ਕੋਸ਼ਿਸ਼ ਕਰ ਸਕਦਾ ਆਪਦਾ ਪਰਸਨਲ ਵਕੀਲ ਖੜਾਉਣਾ, ਚੰਗਾ ਵਕੀਲ ਖੜਦਾ ਸਾਡਾ, ਸਾਡੀ ਜਿਹੜੀ ਗੱਲਬਾਤ ਹੁੰਦੀ ਆ ਉਸ ਉੱਥੇ ਕਨਵਰਸੇਸ਼ਨ ਜੱਜ ਨਾਲ ਹੁੰਦੀ ਆ, ਉਹ ਅਸੀਂ ਜਨਤਕ ਕਰਦੇ ਹਾਂ, ਵਕੀਲ ਦੇ ਰਾਹੀਂ ਸਾਡੀ ਉਹ ਬਿਆਨ ਆ ਜਿਹੜੇ ਬਾਹਰ ਹੁੰਦੇ ਆ, ਤਾਂ ਮੈਂ ਅਸੀਂ ਕਿਤੇ ਵੀ ਇਸ ਚੀਜ਼ ਤੇ ਸਮਝੌਤਾ ਨਹੀਂ ਕੀਤਾ, ਨਾ ਕਦੇ ਹੋਊਗਾ। ਇਹ ਆਖਰੀ ਰਾਹ ਆ ਜਾਂ ਇਦੋਂ ਬਾਅਦ? ਨਹੀਂ ਜੀ, ਦੇਖੋ ਇਹ ਗੱਲ ਨਹੀਂ ਆ ਵੀ ਸਖਰਾਜ ਲੋਕਾਂ ਨੇ ਫਤਵਾ ਦੇਣਾ, ਨਾ ਤਾਂ ਸੰਘਰਸ਼ ਠੰਡਾ ਪਊਗਾ,
ਇਹਨੂੰ ਬਲ ਮਿਲੂਗਾ। ਮੈਂ ਤਾਂ ਗੱਲ ਕਹੂੰਗਾ ਵੀ ਜੇ ਕੋਈ ਮੇਰੇ ਹੱਕ 'ਚ ਕੋਈ ਜੇ ਇਹ ਕਿਸੇ ਹੋਰ ਤੇ ਭਰੋਸਾ ਜਤਾਉਂਦੇ ਲੋਕ, ਜੇ ਕੋਈ 2-4 ਹਜ਼ਾਰ ਮੇਰੇ ਤੇ ਭਰੋਸਾ ਜਤਾਊਗਾ ਤਾਂ ਮੇਰੇ ਲਈ ਤਾਂ ਕੇਡਰ ਆ ਉਹ। ਠੀਕ ਆ, ਜਿੱਥੇ ਵੀ ਪਿਛਲੇ 10 ਸਾਲ ਤੋਂ ਮੰਨ ਲਾ ਮੈਂ 1000 ਬੰਦਾ ਲੈ ਕੇ ਨਾਲ ਹੋਰ ਜੁੜ ਰਿਹਾ, ਓਕੇ, ਤਾਂ ਮੇਰੇ ਲਈ ਤਾਂ ਬਲ ਹੈ। ਮੈਨੂੰ ਤਾਂ ਉਪਰੋਂ ਮੈਨੂੰ ਤਾਂ ਉਹ ਤਾਕਤ ਮਿਲ ਰਹੀ ਹੈ, ਮੈਂ ਤਾਕਤ ਦੇ ਨਾਲ ਉਹ ਅੱਗੇ ਵੀ ਸੰਘਰਸ਼ ਜਾਰੀ ਰੱਖੂਗਾ। ਜੇ ਬਖਸ਼ਦੇ ਆ, ਜਿੱਤ ਬਖਸ਼ਦੇ ਆ, ਲੋਕ ਫਤਵਾ ਦਿੰਦੇ ਆ, ਤਾਂ 27 ਦੇ ਵਿੱਚ ਵਾਅਦਾ ਬਹੁਤੇ ਚਿਹਰੇ ਆ ਜਿਹੜੇ ਪੰਜਾਬ ਪੱਖੀ ਅਸੀਂ 27 ਦੇ ਵਿੱਚ ਇਹਨਾਂ ਕੁਰਸੀਆਂ ਦੇ ਉੱਤੇ ਲੈ ਕੇ ਆਵਾਂਗੇ। ਠੀਕ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਰਾਜ ਦਾ ਕਹਿਣਾ ਆ ਕਿ ਜੇਕਰ ਫਤਵਾ ਮਿਲਦਾ ਵੀ ਹੈ ਤੇ ਜੇਕਰ ਨਹੀਂ ਵੀ ਮਿਲਦਾ ਤਾਂ ਜਿਹੜੀ ਲੜਾਈ ਹੈ ਉਸ ਨੂੰ ਜਾਰੀ ਰੱਖਿਆ ਜਾਵੇਗਾ ਤਾਂ 27 ਦੇ ਵਿੱਚ ਇਸ ਦੇ ਹੋਰ ਨਤੀਜੇ ਸਾਹਮਣੇ ਆਉਣਗੇ। ਮੈਂ ਸਰਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ, ਰੋਜ਼ਾਨਾ ਸਪੋਕਸਮੈਨ ਗਦਰਵਾਹਾ।